ਚਰਚਾ। ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਪੰਜਾਬ ਵਿਧਾਨ ਸਭਾ ਦਾ ਸਮਾਗਮ ਖਤਮ ਹੋਇਆ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਪੱਤਰਕਾਰੀ ਦੀ ਬੋਲੀ ਦੇ ਵਿੱਚ ਹੰਗਾਮਾ ਭਰਪੂਰ ਅਜਲਾਸ ਖਤਮ ਹੋਇਆ, ਵੱਡਾ ਹੰਗਾਮਾ ਹੋਇਆ। ਪੰਜ ਵਾਰ ਜਿਹੜਾ ਹੈ ਸਦਨ ਨੂੰ ਸਦਾ ਕਰਨਾ ਪਿਆ, ਔਰ ਉਸ ਤੋਂ ਇਲਾਵਾ ਮਾਰਸ਼ਲ ਬੁਲਾ ਕੇ ਧੱਕੇ ਨਾਲ ਅਕਾਲੀਆਂ ਨੂੰ ਬਾਹਰ ਕੱਢਿਆ ਗਿਆ। ਔਰ ਜਿਸ ਵੇਲੇ ਨਵਜੋਤ ਸਿੰਘ ਸਿੱਧੂ, ਮਜੀਠੀਆ ਤੇ ਫਿਰ ਚਰਨਜੀਤ ਚੰਨੀ ਨਾਲ ਉਹਨਾਂ ਦੇ ਕੁਛ MLA ਆਪਸ ਦੇ ਵਿੱਚ ਝਗੜ ਰਹੇ ਸੀ, ਦੂਰੋਂ ਤਾਂ ਇਉਂ ਲੱਗ ਰਿਹਾ ਸੀ ਜਿਵੇਂ ਹੱਥੋਂ ਪਾਈ ਹੋਈ ਕਿ ਹੋਈ, ਭਾਵੇਂ ਨਹੀਂ ਹੋਈ ਪਰ ਉਦੋਂ ਘੱਟ ਵੀ ਨਹੀਂ ਹੋਈ, ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਸੀ। ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਕਿਹੜੀ ਹੈ, ਇਹ ਇਉਂ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਥੋੜੀ ਪਿੱਛੇ ਚਲੀ ਗਈ, ਅਕਾਲੀ ਦਲ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਿਹਾ ਸੀ ਤੇ ਵਿਰੋਧੀ ਧਿਰ ਦਾ ਜਿਹੜਾ ਨੇਤਾ ਵਿਕਰਮ ਮਜੀਠੀਆ ਲੱਗ ਰਿਹਾ ਸੀ। ਤੇ ਇੱਕ ਗੱਲ ਹੋਰ ਵੀ ਹੈ, ਕੱਲ ਜੋ ਕੁਛ ਸਦਨ ਦੇ ਵਿੱਚ ਹੋਇਆ ਉਹ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਆਮ ਆਦਮੀ ਪਾਰਟੀ ਇੱਕ ਦਿਨ ਪਹਿਲਾਂ ਰੁਪਿੰਦਰ ਕੌਰ ਰੂਬੀ MLA ਬਠਿੰਡਾ ਦਿਹਾਤੀ ਛੱਡ ਕੇ ਗਈ ਸੀ, ਕੱਲ ਰਾਏਕੋਟ ਦੇ MLA ਨੇ ਜਿਸ ਤਰੀਕੇ ਨਾਲ ਚਰਨਜੀਤ ਚੰਨੀ ਮੁੱਖ ਮੰਤਰੀ ਪੰਜਾਬ ਦੀ ਪ੍ਰਸ਼ੰਸਾ ਕੀਤੀ, ਲੱਗ ਰਿਹਾ ਸੀ ਇੱਕ ਵਿਕਟ ਹੋਰ ਜਿਹੜੀ ਹੈ ਡਿੱਗ ਪਈ ਆਮ ਆਦਮੀ ਪਾਰਟੀ ਦੀ। ਪਰ ਦੂਜੇ ਪਾਸੇ ਚਾਹੇ ਕਮਾਲੂ ਹੋਵੇ ਚਾਹੇ ਜੱਗਾ ਹੋਵੇ, ਕੇਜਰੀਵਾਲ ਨੂੰ ਇਹ ਗੱਲ ਸਮਝ ਆਈ ਤੇ ਅੱਜ 10 ਜਿਹੜੇ ਰਹਿ ਗਏ MLA ਨੇ ਘੱਟੋ ਘੱਟ ਉਹ ਤਾਂ ਰਹਿਣ, ਉਹਨਾਂ ਦੀਆਂ ਟਿਕਟਾਂ ਅਨਾਊਂਸ ਕਰ ਦਿੱਤੀਆਂ ਨੇ। ਇਹ ਸਾਰਾ ਕੁਛ ਜੋ ਕੱਲ ਹੋਇਆ, ਕੌਣ ਕਿਤੇ ਭਾਰੂ ਰਿਹਾ, ਇਹ ਵੀ ਬੜਾ ਦਿਲਚਸਪ ਹੈ। ਕਿਹਾ ਇਹ ਜਾ ਰਿਹਾ, ਮੀਡੀਆ ਚ ਆ ਰਿਹਾ ਕਿ ਭਾਵੇਂ ਪਹਿਲੀ ਵਾਰ ਮੁੱਖ ਮੰਤਰੀ ਚੰਨੀ ਮੁੱਖ ਮੰਤਰੀ ਵਜੋਂ ਜਿਹੜਾ ਹੈ ਵਿਚਰ ਰਹੇ ਸੀ, ਪਰ ਕੱਲ ਜਿਸ ਤਰੀਕੇ ਨਾਲ ਉਹਨਾਂ ਨੇ ਵਿਰੋਧੀਆਂ ਨੂੰ ਰਗੜੇ ਲਾਏ ਔਰ ਆਪਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸਮਝੋ ਵੀ ਉਹਦੇ ਡਿਫੈਂਸ ਚ ਆਏ, ਔਰ ਜਿਸ ਤਰੀਕੇ ਨਾਲ ਮਜੀਠੀਆ ਤੇ ਸਿੱਧੇ ਹਮਲੇ ਕੀਤੇ, ਨੌ ਲੈ ਕੇ ਕੀਤੇ, ਜਿਸ ਤਰੀਕੇ ਦੇ ਸ਼ਬਦ ਜਾਂ ਸ਼ਬਦਾਵਲੀ ਵਰਤੀ ਗਈ, ਇਹ ਬਹੁਤ ਦਿਨਾਂ ਬਾਅਦ ਦੇਖਣ ਨੂੰ ਮਿਲਿਆ ਕਿ ਕਿਸੇ ਮੁੱਖ ਮੰਤਰੀ ਦੇ ਸ਼ਬਦਾਂ ਨੂੰ ਰਿਕਾਰਡ ਤੋਂ ਬਾਹਰ ਕਰਨ ਲਈ ਸਪੀਕਰ ਨੂੰ ਕਹਿਣਾ ਪਿਆ ਹੋਵੇ। ਬਹੁਤ ਕੁਛ ਕੱਲ ਨਜ਼ਰ ਆਇਆ, ਇਹ ਵੀ ਨਜ਼ਰ ਆਇਆ ਕਿ ਹਰਪਾਲ ਚੀਮਾ ਦੀ ਕਿਸੇ ਨੇ ਨਹੀਂ ਸੁਣੀ, ਮਤਲਬ ਜਿਹੜਾ ਵਿਰੋਧੀ ਧਿਰ ਦਾ ਨੇਤਾ ਕੱਲ ਕਾਫੀ ਪਿੱਛੇ ਚਲਿਆ ਗਿਆ। ਇਹ ਸਾਰੀ ਗੱਲਬਾਤ ਤੇ ਆਪਾਂ ਇਹ ਦੇਖਣਾ ਚਾਹੁੰਦੇ ਹਾਂ, ਇਹ ਦਿਲਚਸਪ ਹੋਏਗਾ ਕਿ ਕੱਲ ਕੌਣ ਕਿਤੇ ਭਾਰੂ ਰਿਹਾ, ਸੱਤਾਧਾਰੀ ਧਿਰ ਦੇ ਵਿੱਚੋਂ ਤੇ ਵਿਰੋਧੀ ਧਿਰਾਂ ਦੇ ਵਿੱਚੋਂ ਕੌਣ ਤਰਕ ਨਾਲ ਕੌਣ ਉੱਚੀ ਸੁਰ ਚ ਗੱਲ ਕਰ ਰਿਹਾ ਸੀ ਜਾਂ ਕਿਸ ਨੇ ਪ੍ਰਭਾਵ ਛੱਡਿਆ ਲੋਕਾਂ ਤੇ। ਇਹ ਚਰਚਾ ਕਰ ਲਈ ਹੈ, ਸਾਡੇ ਨਾਲ ਦੋ ਮਾਹਰ ਵਿਦਵਾਨ ਨੇ, ਡਾਕਟਰ ਕੇਟ ਸਿੰਘ ਸਾਡੇ ਨਾਲ ਨੇ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਰਹੇ ਨੇ, ਔਰ ਤੁਸੀਂ ਜਾਣਦੇ ਹੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਰਹੇ ਨੇ, ਮੁਖੀ ਰਹੇ ਨੇ। ਇਸੇ ਤਰ੍ਹਾਂ ਸਾਡੇ ਨਾਲ ਪੰਜਾਬੀ ਯੂਨੀਵਰਸਿਟੀ ਤੋਂ ਹੀ ਡਿਫੈਂਸ ਸਟੱਡੀ ਦੇ ਪ੍ਰੋਫੈਸਰ ਸਾਬਕਾ ਮੁਖੀ ਡਾਕਟਰ ਕਰਮਜੀਤ ਸਿੰਘ ਸਿੱਧੂ ਸਾਹਿਬ ਨੇ, ਰਜਿਸਟਰਾਰ ਰਹੇ ਨੇ ਯੂਨੀਵਰਸਿਟੀ ਦੇ। ਤੁਹਾਡਾ ਦੋਨਾਂ ਦਾ ਬਹੁਤ ਬਹੁਤ ਸਵਾਗਤ ਜੀ ਇਸ ਪ੍ਰੋਗਰਾਮ ਚ। ਡਾਕਟਰ ਕੇ ਸਿੰਘ ਜੀ, ਗੱਲ ਇਹ ਲੱਗਦੀ ਹੈ ਕਿ ਚੰਨੀ ਸਾਹਿਬ ਦਾ ਜਿਹੜਾ ਕੰਫੀਡੈਂਸ ਲੈਵਲ ਹੈ, ਜਾਂ ਇਹ ਕਹਿ ਲਈਏ ਜਿਹੜੀ ਉਹਨਾਂ ਦੀ ਬੋਡੀ ਲੈਂਗੁਏਜ ਸੀ, ਉਹ ਇਹ ਸ਼ੋਅ ਕਰ ਰਹੀ ਸੀ ਕਿ ਪੂਰੀ ਚੜ੍ਹਦੀ ਕਲਾ ਚ ਨੇ। ਉਹਨਾਂ ਨੇ ਜਿਵੇਂ ਆਪਣੀਆਂ ਅਚੀਵਮੈਂਟਸ ਗਿਣਾਈਆਂ, ਇਨਡਾਇਰੈਕਟਲੀ ਕੈਪਟਨ ਸਾਹਿਬ ਨੂੰ ਡਾਊਨ ਕੀਤਾ ਗਿਆ, ਔਰ ਜਿਵੇਂ ਉਹਨਾਂ ਦੇ ਨਾਲ MLA ਕੋਪਰੇਟ ਕਰ ਰਹੇ ਸੀ, ਲੜਾਈ ਦੇ ਵਿੱਚ ਵੀ ਅਦਰਵਾਈਜ਼ ਵੀ, ਇਹ ਦੇਖਣ ਵਾਲੀ ਗੱਲ ਸੀ। ਕਿਵੇਂ ਲੱਗਦਾ ਓਵਰਆਲ ਤੁਹਾਨੂੰ, ਕੌਣ ਕਿੱਥੇ ਰਿਹਾ, ਕੌਣ ਕਿਤੇ ਭਰੂ ਰਿਹਾ? ਵਾਲੀਆ ਸਾਹਿਬ, ਤੁਸੀਂ ਸਾਰੀ ਸਿਚੁਏਸ਼ਨ ਨੂੰ ਬਾਖੂਬੀ ਸਮ ਅਪ ਕਰ ਦਿੱਤਾ ਹੋਇਆ, ਔਰ ਇਹ ਸਾਰੇ ਹੀ ਪੁਆਇੰਟਸ ਜੋ ਤੁਸੀਂ ਉਠਾਏ ਹੈ, ਮੈਂ ਸਮਝਦਾ ਕਿ ਇਹ ਬਿਲਕੁਲ ਠੀਕ ਹੈ। ਜੇ ਲੇਖਾ ਜੋਖਾ ਕੱਲ੍ਹ ਦੇ ਜੋ ਸਮਾਗਮ ਹੋਇਆ ਉਹਦੇ ਵਿੱਚ ਜਿਸ ਕਿਸਮ ਦੀ ਕਾਰਗੁਜ਼ਾਰੀ ਰਹੀ ਹੈ ਚੰਨੀ ਸਾਹਿਬ ਦੀ, ਚੀਫ ਮਿਨਿਸਟਰ ਪੰਜਾਬ,
ਔਰ ਜਿਸ ਕਿਸਮ ਦੇ ਉਹਨਾਂ ਨੇ ਹਾਵ ਭਾਵ ਦਿਖਾਏ ਹੈ ਔਰ ਜਿਹੜੇ ਭਰੋਸੇ ਨਾਲ ਉਹ ਬੋਲੇ ਹੈ, ਉਹ ਤੋਂ ਇਹੀ ਲੱਗਦਾ ਹੈ ਕਿ ਉਹ ਬੜੇ ਹੌਸਲੇ 'ਚ ਹੈ। ਉਹਨਾਂ ਨੂੰ ਕੇਂਦਰ ਦੀ ਹਾਈ ਕਮਾਂਡ ਦਾ ਵੀ ਥਾਪੜ ਹੈ, ਇੱਥੋਂ ਦੀ ਲੈਜਿਸਲੇਚਰ ਜਿਹੜੀ ਪਾਰਟੀ ਹੈ ਕਾਂਗਰਸ ਉਹਦਾ ਵੀ ਸਹਿਯੋਗ ਪੂਰਾ ਪ੍ਰਾਪਤ ਹੈ ਉਹਨਾਂ ਨੂੰ, ਔਰ ਉਹਨਾਂ ਨੂੰ ਆਉਣ ਵਾਲੀਆਂ ਇਲੈਕਸ਼ਨਸ ਦੇ ਵਿੱਚ ਜਿਸ ਕੰਸਟੀਚੁਐਂਸੀ ਨੂੰ ਉਹ ਖਾਸ ਤੌਰ 'ਤੇ ਰਿਪ੍ਰਜੈਂਟ ਕਰਦੇ ਹੈ ਉਹਨਾਂ ਦੇ ਵੋਟਾਂ ਮਿਲਣ ਦਾ ਉਹਨਾਂ ਨੂੰ ਬਹੁਤ ਭਰੋਸਾ ਲੱਗਦਾ ਹੈ, ਔਰ ਉਹਦੇ ਕਰਕੇ ਉਹ ਚੜ੍ਹਦੀ ਕਲਾ ਵਿੱਚ ਸੀਗੇ ਅਤੇ ਉਹ ਸਾਰੇ ਹੀ ਫੈਕਟਰਸ ਕਰਕੇ ਉਹ ਬੜੇ ਹੌਸਲੇ ਨਾਲ ਬੋਲ ਰਹੇ ਸੀਗੇ ਔਰ ਇਸ ਆਸ ਨਾਲ ਕਿ ਆਉਣ ਵਾਲੀ ਸਰਕਾਰ ਅਸੀਂ ਬਣਾ ਲੈਣੀ ਹੈ, ਕਿਉਂਕਿ ਜਿਸ ਵਰਗ ਨੂੰ ਉਹ ਬਿਲੋਂਗ ਕਰਦੇ ਹੈ ਉਸ ਵਰਗ ਦੀਆਂ ਵੋਟਾਂ ਨੂੰ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਉਹ ਆਪਣੇ ਪਾਲੇ ਵਿੱਚ ਲੈ ਜਾਣਗੇ। ਔਰ ਇਹ ਗੱਲ ਮੈਨੂੰ ਠੀਕ ਵੀ ਲੱਗਦੀ ਹੈ ਵਾਲੀਆ ਸਾਹਿਬ, ਕਿ ਜਿਸ ਕਿਸਮ ਦੀ ਡਿਫੈਕਸ਼ਨ ਸ਼ੁਰੂ ਹੋਈ ਹੈ ਆਮ ਆਦਮੀ ਪਾਰਟੀ 'ਚੋਂ, ਆਮ ਆਦਮੀ ਪਾਰਟੀ ਦੇ ਉਹ MLAs ਜਿਹੜੇ ਉਹਨਾਂ ਦੇ ਉਸੇ ਵਰਗ ਨੂੰ ਬਿਲੋਂਗ ਕਰਦੇ ਹੈ, ਚੰਨੀ ਸਾਹਿਬ ਜਿਹੜੇ ਵਰਗ ਨੂੰ ਬਿਲੋਂਗ ਕਰਦੇ ਹੈ, ਉਹਨਾਂ ਵਿੱਚੋਂ ਡਿਫੈਕਸ਼ਨ ਜ਼ਿਆਦਾ ਹੋਣ ਦੀ ਸੰਭਾਵਨਾ ਆ ਰਹੀ ਹੋਈ ਹੈ ਅਤੇ ਉਹਦੇ ਨਾਲ ਜਿਹੜੀਆਂ ਆਪਾਂ ਕਹਿੰਦੇ SC ਵੋਟ ਕੰਸੋਲੀਡੇਟ ਜਦੋਂ ਹੁੰਦੀ ਹੈ ਬਹੁਤ ਵੱਡੀ ਗਿਣਤੀ ਵਿੱਚ, ਅਤੇ ਉਹਦੇ ਨਾਲ ਉਸ ਸੈਗਮੈਂਟ ਨੂੰ ਜਿਹੜਾ ਰਿਪ੍ਰਜੈਂਟ ਕਰਦਾ ਖਾਸ ਕਰਕੇ ਉਹਦਾ ਹੌਸਲੇ ਵਿੱਚ ਆਉਣਾ ਬੜਾ ਕੁਦਰਤੀ ਹੁੰਦੀ ਹੈ ਗੱਲ। ਦੂਸਰੀ ਗੱਲ ਜਿਹੜੀ ਵਾਲੀਆ ਸਾਹਿਬ ਮੈਨੂੰ ਨਜ਼ਰ ਆਈ ਉਹ ਇਹ ਹੈ ਕਿ ਜਿਸ ਢੰਗ ਨਾਲ ਇਹ ਇੱਕ ਦੂਸਰੇ ਦੇ ਉੱਪਰ ਅਟੈਕ ਕੀਤੇ ਜਾ ਰਹੇ ਸੀਗੇ, ਇਹ ਮੈਨੂੰ ਲੱਗਦਾ ਕਿ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਜਿਹੜੇ ਪੈਂਤੜੇ ਹੈ ਉਹ ਸਾਰੀਆਂ ਪਾਰਟੀਆਂ ਨੇ ਲਏ ਹੈ। ਔਰ ਪੰਜਾਬ ਦਾ ਸਿਨਾਰੀਓ ਜੋ ਇੱਥੋਂ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਉਹ ਜੋ ਦੋ ਧਿਰੀ ਲੜਾਈ ਦੇ ਵਿੱਚ ਵੱਡੀਆਂ ਜਿਹੜੀਆਂ ਫੋਰਸਿਸ ਅੱਗੇ ਆ ਰਹੀਆਂ ਹੋਈਆਂ ਉਹ ਕਾਂਗਰਸ ਅਤੇ ਅਕਾਲੀ ਦਲ ਦਾ ਮੁੱਖ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਆਮ ਆਦਮੀ ਪਾਰਟੀ ਲੱਗਦਾ ਇਹ ਸੀਗੇ ਕਿ ਬਹੁਤ ਮਾਯੂਸੀ ਵਿੱਚ ਸੀਗੀ, ਖਾਸ ਕਰਕੇ ਡਿਫੈਕਸ਼ਨਸ ਕਰਕੇ, ਅਤੇ ਜਿਹੜਾ ਹੁਣ ਆਪਾਂ ਜਾਣਦੇ ਹਾਂ ਕਿ 19 ਦੀਆਂ ਇਲੈਕਸ਼ਨਸ ਹੋਈਆਂ ਲੋਕ ਸਭਾ ਦੀਆਂ, ਉਹਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਪਰਫਾਰਮੈਂਸ ਹੈ ਉਹ 17 ਵਾਲੀ ਨਹੀਂ ਸੀ, ਔਰ ਇਹ ਹੁਣ ਡਿਫੈਕਸ਼ਨਸ ਵੀ ਆ ਗਈਆਂ ਔਰ ਖਾਸ ਕਿਸਮ ਦਾ ਜਿਸ ਤਰ੍ਹਾਂ ਦਾ ਉਹਨਾਂ ਨੇ ਚੀਫ ਮਿਨਿਸਟਰ ਦਾ ਜਿਹੜਾ ਹੈ ਚਿਹਰਾ ਹੀ ਉਹ ਹੀ ਨਹੀਂ ਡਿਸਾਈਡ ਹੋਇਆ, ਉਹਦੇ ਕਰਕੇ ਉਹਦੇ ਵਿੱਚ ਭੰਬਲ ਭੂਸੇ ਦੀ ਸਥਿਤੀ ਹੈ, ਔਰ ਉਹਦੇ ਵਿੱਚੋਂ ਮੈਨੂੰ ਲੱਗਦਾ ਕਿ ਅਕਾਲੀ ਦਲ ਪੋਲੀਟੀਕਲੀ ਉਹਦੇ ਨਾਲੋਂ ਇਲੈਕਟੋਰਲ ਰੇਸ ਦੇ ਵਿੱਚ ਅੱਗੇ ਨਿਕਲ ਗਿਆ ਲੱਗਦਾ, ਅਤੇ ਇਹ ਦੋ ਧਿਰੀ ਲੜਾਈ ਹੋਣ ਦੀ ਸੰਭਾਵਨਾ, ਔਰ ਇਹੀ ਚੀਜ਼ ਤੁਸੀਂ ਦੇਖਿਆ ਹੋਣਾ ਅਸੈਂਬਲੀ ਦੇ। ਡਾਕਟਰ ਕੇਰ ਸਿੰਘ ਜੀ, ਇੱਥੇ ਤੁਹਾਡੀ ਗੱਲ ਕਾਫੀ ਹੱਦ ਤੱਕ ਠੀਕ ਹੋ ਸਕਦੀ ਹੈ, ਕੱਲ ਦਾ ਕਾਰਨ ਇੱਕ ਇਹ ਵੀ ਹੋਵੇ, ਰੂਬੀ ਤਾਂ ਚਲੋ ਪਹਿਲਾਂ ਫਾਰਮਲੀ ਆ ਗਈ, ਲੇਕਿਨ ਕੱਲ ਜੋ ਕੁਛ ਹੋਇਆ ਵਿਧਾਨ ਸਭਾ ਚ ਜਗਤਾਰ ਜੱਗਾ ਤੇ ਕਮਾਲੂ, ਜਿਵੇਂ ਉਹਨਾਂ ਨੇ ਪ੍ਰਸ਼ੰਸਾ ਕੀਤੀ ਚੰਨੀ ਸਾਹਿਬ ਦੀ, ਇਹ ਵੀ ਆਪਣੇ ਆਪ ਦੇ ਵਿੱਚ ਉਹਨਾਂ ਦਾ ਮੋਰਲ ਜਿਹੜਾ ਹੈ ਡਾਊਨ ਕਰਨ ਵਾਲੀ ਗੱਲ ਸੀ ਹਰਪਾਲ ਚੀਮੇ ਦਾ। ਜੇ ਤੁਸੀਂ ਇਹੀ ਕਹੋ ਕਿ ਉਸੇ ਭਾਈਚਾਰੇ ਤੋਂ ਚੀਮਾ ਵੀ ਉਸੇ ਭਾਈਚਾਰੇ ਨੂੰ ਬਿਲੋਂਗ ਕਰਦਾ ਹੈ, ਪੰਜਾਬ ਦੇ ਵਿੱਚ ਮੁੱਖ ਮੰਤਰੀ ਤੇ ਮੁੱਖ ਵਿਰੋਧੀ ਧਿਰ ਦਾ ਨੇਤਾ ਵੀ ਇੱਕੋ ਭਾਈਚਾਰੇ ਨੂੰ ਬਿਲੋਂਗ ਕਰਦੇ ਨੇ, ਉਹ ਤੇ ਵੀ ਮੈਂ ਤੁਹਾਡੀ ਟਿੱਪਣੀ ਲੈਣੀ ਹੈ, ਲੇਕਿਨ ਮੈਂ ਪੁੱਛਣਾ ਇਹ ਚਾਹੁੰਦਾ ਕਿ ਅਕਾਲੀ ਕੱਲ ਜਿਸ ਤਰੀਕੇ ਨਾਲ ਬਿਹੇਵ ਕਰ ਰਹੇ ਸੀ, ਤੁਹਾਨੂੰ ਕੀ ਲੱਗਦਾ ਹੈ ਵਿਕਰਮ ਮਜੀਠੀਆ ਕਿਤੇ ਨਾ ਕਿਤੇ ਬੜਾ ਜਿਵੇਂ ਬਾਹਰ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਚੈਲੰਜ ਕਰਦਾ ਨਜ਼ਰ ਆਇਆ ਕਿ ਮੈਨੂੰ ਸਬੂਤ ਦਿਓ ਮੇਰੇ ਬਾਰੇ ਤੁਸੀਂ ਇਸ ਤਰ੍ਹਾਂ ਦੀ ਗੱਲ ਕਿਉਂ ਕਰਦੇ ਹੋ, ਲੇਕਿਨ ਦੂਜੇ ਪਾਸੇ ਜਦੋਂ ਵਿਕਰਮ ਮਜੀਠੀਆ ਅੰਦਰ ਲੜਾਈ ਲੜ ਰਿਹਾ ਸੀ, ਜਿਸ ਤਰੀਕੇ ਨਾਲ ਪੈ ਰਿਹਾ ਸੀ ਨਵਜੋਤ ਸਿੰਘ ਸਿੱਧੂ, ਕਿਤੇ ਨਾ ਕਿਤੇ ਲੱਗ ਰਿਹਾ ਸੀ ਕਿ ਪੁਰਾਣੀ ਉਹ ਆਵਾਜ਼ ਜਿਹਦੇ ਚ ਗਾਲਾਂ ਕੱਢਣ ਵਾਲੀ ਜਾਂ ਜਿਹਦੇ ਚ ਬੜੀ ਉੱਚੀ ਸੁਰ ਹੁੰਦੀ ਸੀ ਉਹ ਕਿਤੇ ਮਿਸਿੰਗ ਸੀ ਵਿਕਰਮ ਮਜੀਠੀਆ ਤੋਂ, ਲੇਕਿਨ ਇਸਦੇ ਬਾਵਜੂਦ ਵਿਕਰਮ ਮਜੀਠੀਆ ਆਪਣੇ ਆਪੂ ਬਣਿਆ ਜਿਹੜਾ ਹੈ ਅਕਾਲੀਆਂ ਦਾ ਲੀਡਰ ਤੇ ਵਿਰੋਧੀ ਧਿਰ ਦਾ ਨੇਤਾ ਨਜ਼ਰ ਆ ਰਿਹਾ ਸੀ। ਇਹ ਤੇ ਆਪਾਂ ਡਾਕਟਰ ਕੇਰ ਸਿੰਘ ਦੀ ਵੀ ਟਿੱਪਣੀ ਲੈਣੀ ਹੈ,
ਔਰ ਨਾਲ ਆਪਾਂ ਸਿੱਧੂ ਸਾਹਿਬ ਦੀ ਵੀ, ਲੇਕਿਨ ਇੱਕ ਬ੍ਰੇਕ ਤੋਂ ਬਾਅਦ ਮੈਂ ਤੁਹਾਨੂੰ ਇੱਥੇ ਯਾਦ ਕਰਾਵਾਂ ਕਿ ਪ੍ਰੋਗਰਾਮ ਇਹ ਜਿਹੜਾ ਹੈ ਤੁਸੀਂ ਦੇਖ ਸਕਦੇ ਹੁੰਨੇ ਹੋ 9:30 ਵਜੇ, ਔਰ YouTube ਤੇ Facebook ਤੇ ਅਸੀਂ ਪਹਿਲੇ ਹੀ ਪਾ ਦਿੰਨੇ ਆ, ਲੇਕਿਨ TV ਤੇ 9:30 ਵਜੇ ਤੁਸੀਂ ਪੂਰਾ ਪ੍ਰੋਗਰਾਮ ਦੇਖ ਸਕਦੇ ਹੋ। ਲੈਣੇ ਇੱਕ ਬ੍ਰੇਕ। ਚਰਚਾ ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਡਾਕਟਰ ਕੇਰ ਸਿੰਘ ਜੀ, ਪਹਿਲਾਂ ਬਰੀਫ ਜੀ, ਤੁਸੀਂ ਗੱਲ ਜਿਹੜੀ ਕਰ ਰਹੇ ਸੀ ਬਰੀਫ ਜੀ, ਜਿਹੜਾ ਮੇਰਾ ਸਵਾਲ ਆ ਉਹਨੂੰ ਲੈ ਲਈਏ, ਫਿਰ ਜਾਵਾਂਗੇ ਸਿੱਧੂ ਸਾਹਿਬ ਕੋਲ। ਕੀ ਕਹੋਗੇ ਕਿ ਮਜੀਠੀਆ ਸਾਹਿਬ ਕੀ ਕਰਦੇ ਰਹੇ ਕੱਲ? ਜਿਹੜੀ ਤੁਸੀਂ ਪਹਿਲਾ ਸਵਾਲ ਵਾਲੀਆ ਸਾਹਿਬ ਇਹ ਸੀਗਾ ਕਿ ਉਸੇ ਭਾਈਚਾਰੇ ਚੋਂ ਆਪੋਜੀਸ਼ਨ ਦੇ ਲੀਡਰ ਚੀਮਾ ਸਾਹਿਬ ਹਨ ਜਿਸ ਚੰਨੀ ਸਾਹਿਬ ਹਨ, ਉਹਨਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਇੱਕ ਇਸ ਵੇਲੇ ਤਾਕਤ ਦੇ ਵਿੱਚ ਮੁਖੀ ਹੈ ਜਿਹੜੀ ਸਥਾਪਿਤ ਹੋ ਗਈ ਕਿ ਉਹਨਾਂ ਨੂੰ ਚੀਫ ਮਿਨਿਸਟਰ ਬਣਾ ਦਿੱਤਾ ਗਿਆ, ਔਰ ਦੂਸਰੇ ਦਾ ਅਜੇ ਚਿਹਰਾ ਐਲਾਨਿਆ ਨਹੀਂ ਗਿਆ, ਉਹ ਅਪੋਜੀਸ਼ਨ ਦੇ ਵਿੱਚ ਹਨ, ਵੀ ਉਹ ਚਿਹਰਾ ਤੇ ਨਹੀਂ ਹਨ। ਸੋ ਇਸ ਕਰਕੇ ਉਹਨਾਂ ਨੂੰ ਇਕੁਏਟ ਨਹੀਂ ਕੀਤਾ ਜਾ ਸਕਦਾ ਦੋਨਾਂ ਦੀ ਸਥਿਤੀ ਵਿੱਚ। ਚੰਨੀ ਸਾਹਿਬ ਦੀ ਸਥਿਤੀ ਵਧੇਰੇ ਮਜ਼ਬੂਤ ਹੈ ਕਿਉਂਕਿ ਉਹ ਚੀਫ ਮਿਨਿਸਟਰ ਹਨ। ਜਿੱਥੋਂ ਤੱਕ ਮਜੀਠੀਆ ਸਾਹਿਬ ਦੀ ਗੱਲ ਹੈ, ਮੈਂ ਕਈ ਮੀਡੀਆ ਦੇ ਚੈਨਲਸ ਤੋਂ ਵੀ ਦੇਖਿਆ, ਆਬਜ਼ਰਵੇਸ਼ਨ ਹੈ, ਪਰ ਮੈਨੂੰ ਇਹੋ ਜੀ ਕੇਸ ਹੋ ਸਕਦਾ ਮਾਨਹਾਨੀ ਦਾ, ਜਦੋਂ ਚੰਨੀ ਸਾਹਿਬ ਕਹਿ ਰਹੇ ਨੇ ਕਿ ਤੁਹਾਡੇ ਨਾਂ ਤੇ, ਮਜੀਠੀਆ ਦੇ ਨਾਂ ਤੇ ਚਟਾਣੀ ਵਿਕਣ ਦੇਵਾਂਗੇ, ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਕਹਿ ਰਿਹਾ, ਕਿਤੇ ਵੀ ਚੈਲੰਜ ਨਹੀਂ ਕੀਤਾ ਮਜੀਠੀਆ ਨੇ। ਲੇਕਿਨ ਇੱਕ ਗੱਲ ਜ਼ਰੂਰ ਹੈ, ਇੱਕ ਗੱਲ ਇਹਦੇ ਵਿੱਚ ਜ਼ਰੂਰ ਨਜ਼ਰ ਆਈ ਹੈ ਕਿ ਬਾਹਰ ਜਾ ਕੇ ਪ੍ਰੈਸ ਕਾਨਫਰੰਸ ਤੇ ਉਹਨਾਂ ਨੇ ਜ਼ਰੂਰ ਇਹ ਕਿਹਾ ਕਿ ਸਬੂਤ ਦਿਓ, ਲੇਕਿਨ ਜੇ ਸਬੂਤ ਤੋਂ ਬਿਨਾਂ ਵਿਧਾਨ ਸਭਾ 'ਚ ਇਹੋ ਜਿਹੇ ਇਲਜ਼ਾਮ ਲੱਗਦੇ ਨੇ, ਉੱਥੇ ਦੇ ਜਵਾਬ ਦੀ ਮੈਂ ਗੱਲ ਕਰ ਰਿਹਾ ਸੀ। ਮੈਂ ਡਾਕਟਰ ਸਾਹਿਬ ਤੁਹਾਡੇ ਕੋਲ ਫੇਰ ਆਉਣਾ ਹੈ, ਪਹਿਲਾਂ ਸਿੱਧੂ ਸਾਹਿਬ ਦੀ ਟਿੱਪਣੀ ਲੈ ਲਈਏ। ਸਿੱਧੂ ਸਾਹਿਬ ਵਾਲੀਆ ਸਾਹਿਬ, ਮੈਨੂੰ ਇਹ ਲੱਗਦਾ ਹੈ ਵੀ ਇੱਕ ਤਸਵੀਰ ਦਾ ਇੱਕ ਪਾਸਾ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਸਮਝਦਾ ਵੀ ਜੋ ਪੰਜਾਬ ਦੇ ਪੋਲੀਟਿਕਸ ਦੇ ਵਿੱਚ ਨਿਘਾਰ ਆ ਰਿਹਾ, ਮੈਂ ਇਹਨੂੰ ਨਿਘਾਰ ਮੰਨਦਾ, ਮੈਂ ਇਹਨੂੰ ਕੋਈ ਪ੍ਰਾਪਤੀ ਨਹੀਂ ਮੰਨਦਾ ਵੀ ਕਾਂਗਰਸ ਦੀ ਪ੍ਰਾਪਤੀ ਹੈ ਜਾਂ ਉਹਨਾਂ ਨੇ ਸਕਸੈਸ ਹੋ ਕੇ ਜਾਂ ਉਹਨਾਂ ਨੇ ਸਰਕਾਰ ਬਦਲ ਕੇ ਜਾਂ ਅਮਰਿੰਦਰ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਜਾਂ ਮਜੀਠੀਆ ਸੈਲਫ ਇੰਪੋਜ਼ਡ ਲੀਡਰ ਆਫ ਅਪੋਜੀਸ਼ਨ ਡਿਕਲੇਅਰ ਕਰੀ ਜਾਏ। ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਪੂਰੇ ਹਾਲਾਤ ਦਾ ਜੇ ਆਪਾਂ ਮੁਲਾਂਕਣ ਕਰੀਏ ਤਾਂ ਮੈਨੂੰ ਇਹ ਲੱਗਦਾ ਵੀ ਇਹ ਸਾਰੀਆਂ ਹੀ ਪਾਰਟੀਆਂ ਤਾਲੇ ਲੈ ਰਹੀਆਂ ਨੇ ਵੀ ਕਿਸੇ ਨਾ ਕਿਸੇ ਤਰ੍ਹਾਂ ਆਪਦੀ ਇੱਜ਼ਤ ਬਚਾਈ ਜਾਵੇ। ਜਿੱਤਣ ਜੁੱਤਣ ਦਾ ਸਵਾਲ ਕੋਈ ਨਹੀਂ ਹੈਗਾ, ਜਿੱਤਣ ਦਾ ਸਵਾਲ ਘੱਟ ਹੈ, ਆਪਣੇ ਆਪ ਦੇ ਸਰਵਾਈਵਲ ਦਾ ਸਵਾਲ ਹੈ। ਹੁਣ ਇਹਦੇ ਵਿੱਚ ਜੇ ਤਾਂ ਆਪਾਂ ਇਹਦੇ ਲੈਵਲ ਆਫ ਪੋਲੀਟਿਕਸ ਦੇਖੀਏ ਤਾਂ ਲੈਵਲ ਆਫ ਪੋਲੀਟਿਕਸ ਪੂਰੇ ਇੰਡੀਆ ਦੀ ਨੈਸ਼ਨਲ ਲੈਵਲ ਦੀ ਰਿਫਲੈਕਸ਼ਨ ਪੰਜਾਬ ਦੇ ਵਿੱਚ ਵੀ ਹੈਗੀ ਹੈ। ਇੱਥੇ ਜਿਵੇਂ ਦਾ ਪੰਜਾਬੀ ਕੈਰੈਕਟਰ ਹੈ, ਜਿਵੇਂ ਦੀ ਪੰਜਾਬੀ ਢਾਲਚਾਲ ਹੈ, ਜਿਵੇਂ ਦਾ ਸੱਭਿਆਚਾਰ ਹੈ, ਉਸ ਹਿਸਾਬ ਸਿਰ ਓਫੈਂਸਿਵ ਜ਼ਿਆਦਾ ਹੋਣਾ ਚਾਹੀਦਾ ਔਰ ਹੋ ਵੀ ਰਿਹਾ। ਅਤੇ ਮੈਂ ਇਸਨੂੰ ਇਸ ਤਰ੍ਹਾਂ ਦੇਖਦਾ ਕਿ ਨਾ ਰੂਲਿੰਗ ਪਾਰਟੀ ਅਤੇ ਨਾ ਹੀ ਅਪੋਜੀਸ਼ਨ ਕੋਈ ਵੀ ਸੱਭਿਆਚਾਰਕ ਹੱਦਾਂ ਦੇ ਵਿੱਚ ਨਹੀਂ ਰਹਿ ਰਿਹਾ, ਸਭ ਕੁਛ ਟੱਪੀ ਜਾ ਰਹੇ ਹਨ। ਸਭ ਕੁਛ ਜੋ ਗੱਲ ਤੁਸੀਂ ਕਹੀ ਹੈ ਮੈਂ ਉਹਦੇ ਨਾਲ ਐਗਰੀ ਕਰਦਾ ਕਿ ਜੇ ਮਜੀਠੀਏ ਦੇ ਖਿਲਾਫ ਉਹ ਚੈਲੰਜ ਕਰ ਰਿਹਾ ਹੈ, ਰਿਕਾਰਡਡ ਹੈ, ਉਹ ਵਾਈ ਡੋਂਟ ਯੂ ਗੋ ਟੂ ਦਾ ਕੋਰਟ ਕਿ ਮੈਂ ਮੇਰੇ ਖਿਲਾਫ ਇਹ ਗੱਲ ਕਰ ਰਿਹਾ ਨਾ, ਮੈਂ ਮਾਨਹਾਨੀ ਕਰ ਰਿਹਾ, ਮਾਨਹਾਨੀ ਕਰਦਾ ਨਹੀਂ ਗਾ, ਉਹ ਕੀਤੀ ਨਹੀਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ, ਕਿਉਂਕਿ ਸਾਰੇ ਹੀ ਅੰਦਰੋਂ ਚੋਰ ਨੇ, ਸਾਰੇ ਹੀ ਜਿਹਨੂੰ ਮਰਜ਼ੀ ਛੇੜ ਕੇ ਦੇਖ ਲਓ, ਚਾਹੇ ਕੈਪਟਨ ਅਮਰਿੰਦਰ ਸਿੰਘ ਦੀਆਂ ਡੈਕਲੇਰੇਸ਼ਨਸ ਦੇਖ ਲਓ, ਚਾਹੇ ਉਹਦੀਆਂ ਗੱਲਾਂ ਕਹਿ ਦੇਖ ਲਓ, ਚਾਹੇ ਉਹਦੇ ਲੈਟਰ ਦੇਖ ਲਓ, ਚਾਹੇ ਇਹਨਾਂ ਦਾ ਵਾਈਟ ਵਾਈਟ ਪੇਪਰ ਜਿਹੜੇ ਦੀ ਗੱਲ ਕਰ ਰਿਹਾ ਨਵਜੋਤ ਸਿੱਧੂ ਜਾਂ ਚੰਨੀ ਸਾਹਿਬ ਜਿਹਦੇ ਜਿਹਦੇ 'ਤੇ ਐਲੀਗੇਸ਼ਨ ਲਾ ਰਹੇ ਨੇ ਕਿ ਤੂੰ ਤੂੰ ਇਹਦੇ 'ਚ ਵੀ ਗੰਦਾ, ਤੂੰ ਇਹਦੇ 'ਚ ਵੀ ਗੰਦਾ, ਤੂੰ ਇਹਦੇ 'ਚ ਵੀ ਗੰਦਾ, ਇਹਦਾ ਮਤਲਬ ਹੈ ਗੰਦੇ ਸਾਰੇ ਨੇ, ਸਾਰੇ ਆਪਣੇ ਆਪ ਨੂੰ ਸਰਵਾਈਵ ਕਰਕੇ ਜ਼ਿਆਦਾ ਰੌਲਾ ਪਾ ਕੇ ਆਪਣੇ ਆਪ ਨੂੰ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸਪੀਕਰ ਨੇ 2-3 ਵਾਰ ਟਰਾਈ ਕੀਤੀ, ਇਸ ਦੇ ਬਾਵਜੂਦ ਅਨਸਕਸੈਸਫੁਲੀ ਹੀ ਹੈਡ ਟੂ ਪੋਸਟਪੋਨ, ਹੀ ਹੈਡ ਟੂ ਗਿਵ ਅਪ ਕਿ ਬਈ ਇਹ ਤਾਂ ਗੱਲ ਬਣਨੀ ਨਹੀਂ, ਉਹਨੂੰ ਜਿਹੜਾ ਸਦਨ ਦਾ ਮੁਅੱਤਲ ਕਰਨਾ ਪਿਆ। ਤਾਂ ਉਹਦੇ ਵਿੱਚ ਵਿੱਚ ਆਪ ਪਾਰਟੀ ਦੀ ਵੀ ਗੱਲ ਆਈ ਹੈ, ਆਪ ਪਾਰਟੀ ਦੇ ਵਿੱਚ ਮੈਂ ਸਮਝਦਾ ਵੀ ਫੇਲਿਓਰ ਕੇਜਰੀਵਾਲ ਦਾ, ਕਿਉਂਕਿ ਕੇਜਰੀਵਾਲ ਇਜ਼ ਨਾਟ ਐਕਸੈਪਟਡ ਇਨ ਪੰਜਾਬ,
ਔਰ ਉਹ ਕੋਈ ਕਿਸੇ ਨੂੰ ਹੋਰ ਬਣ ਨਹੀਂ ਦੇ ਰਿਹਾ, ਕਿਸੇ ਨੂੰ ਹੋਰ ਡਿਕਲੇਅਰ ਨਹੀਂ ਕਰ ਰਿਹਾ। ਇਹ ਡਿਕਲੇਅਰ ਨਾ ਕਰਨਾ ਬਹੁਤ ਮਹਿੰਗਾ ਪਿਆ ਆਪ ਵਾਲਿਆਂ ਨੂੰ, ਆਪ ਔਰ ਹਜੇ ਹੋਰ ਮਹਿੰਗਾ ਪਊਗਾ, ਕਿਉਂਕਿ ਅਨਸਰਟੇਨਿਟੀ ਦੇ ਵਿੱਚ ਕੋਈ ਵੀ ਪੋਲੀਟੀਸ਼ੀਅਨ ਸਰਵਾਈਵ ਨਹੀਂ ਕਰੇਗਾ। ਅਤੇ ਮੈਨੂੰ ਇਹ ਲੱਗਦਾ ਵੀ ਇਹ ਚੀਜ਼ਾਂ ਨੂੰ ਦੇਖ ਕੇ ਇਹ ਲੱਗਦਾ ਹੈਗਾ ਕਿ ਨੋਨ ਡੈਕਲੇਰੇਸ਼ਨ ਆਫ ਕੈਂਡੀਡੇਟ ਫਾਰ ਚੀਫ ਮਿਨਿਸਟਰ ਜਾਂ ਪਾਰਟੀਆਂ ਦਾ ਟੁੱਟਣਾ ਜਾਂ ਉਹ ਸਾਰਾ ਕੁਛ ਉਹਦੇ ਨਾਲ ਇੰਟਰ ਰਿਲੇਟਡ ਜਾਂ ਨਜ਼ਰ ਆਉਂਦਾ ਹੈਗਾ। ਮੇਰੀ ਸੋਚ ਦੇ ਮੁਤਾਬਕ ਇਸ ਤਰ੍ਹਾਂ ਦੀ ਸਿਚੁਏਸ਼ਨ ਅਮਲ ਹੋ ਸਕਦੀ ਹੈ। ਲੇਕਿਨ ਡਾਕਟਰ ਕੇਰ ਸਿੰਘ ਜੀ, ਇੱਕ ਨਵਾਂ ਪੁਆਇੰਟ ਵੀ ਇਹਦੇ ਚੋਂ ਨਿਕਲਿਆ ਸਿੱਧੂ ਸਾਹਿਬ ਦੀ ਗੱਲਬਾਤ ਚੋਂ, ਕਿ ਸਪੀਕਰ ਦੀ ਭੂਮਿਕਾ ਤੇ ਵੀ ਸਵਾਲ ਉੱਠਦੇ ਨੇ। ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ, ਇੰਨਾ ਨੇੜੇ ਜਾਣਾ ਇੱਕ ਦੂਜੇ ਤੇ, ਇਹ ਤਾਂ ਬਸ ਹੱਥੋਂ ਪਾਈ ਨਹੀਂ ਹੋਈ। ਤੇ ਸਪੀਕਰ ਨੂੰ ਉਦੋਂ ਚਾਹੀਦਾ ਸੀ, ਮਾਰਸ਼ਲ ਹੁੰਦੇ ਨੇ, ਜੇ ਮਾਰਸ਼ਲ ਬਾਹਰ ਸੁੱਟ ਸਕਦੇ ਨੇ, ਇਸ ਲੈਵਲ ਤੱਕ ਕਿਉਂ ਸਪੀਕਰ ਨੇ ਜਾਣ ਦਿੱਤਾ? ਇਹ ਤਾਂ ਬਸ ਤਮਾਸ਼ਾ ਬਚ ਗਿਆ, ਹੋ ਹੀ ਜਾਣਾ ਸੀ। ਲੇਕਿਨ ਜਿਹੜੀ ਦੂਜੀ ਗੱਲ ਜਿਹਦੇ ਤੁਸੀਂ ਵੀ ਇਸ਼ਾਰਾ ਕਰ ਰਹੇ ਸੀ, ਮੈਂ ਗੱਲ ਕਰਨੀ ਹੈ, ਪਹਿਲਾਂ ਬਹੁਤੇ ਗੱਲ ਕਰ ਲਈਏ ਫਿਰ ਅੱਗੇ ਵਧਾਂਗੇ। ਹਾਂਜੀ ਡਾਕਟਰ ਕੇਰ ਸਿੰਘ ਜੀ, ਉਹ ਵਾਲੀਆ ਸਾਹਿਬ ਇਹ ਹੈ ਜਿਸ ਸਿੱਧੂ ਸਾਹਿਬ ਨੇ ਵੀ ਪੁਆਇੰਟ ਇਹ ਲਿਆ, ਤੁਸੀਂ ਵੀ ਲਿਆ। ਮੇਰੀ ਸਮਝ ਮੁਤਾਬਕ ਇਹ ਹੈ ਕਿ ਜਦੋਂ ਵਿਧਾਨ ਸਭਾ ਦੇ ਵਿੱਚ ਇਹੋ ਜਿਹੀਆਂ ਆਬਜ਼ਰਵੇਸ਼ਨਸ ਹੁੰਦੀਆਂ ਤਾਂ ਉਹ ਜੁਡੀਸ਼ਰੀ ਦੇ ਵਿੱਚ ਚੈਲੇਂਜ ਨਹੀਂ ਹੋ ਸਕਦੀ। ਇਹ ਤੁਸੀਂ ਉਹਨੂੰ ਆਧਾਰ ਬਣਾ ਕੇ ਚੈਲੇਂਜ ਨਹੀਂ ਕਰ ਸਕਦੇ। ਇੱਕ ਤਾਂ ਇਹ ਹੈ, ਜਦੋਂ ਬਾਹਰ ਕੋਈ ਐਲੀਗੇਸ਼ਨ ਲੱਗਦੇ ਆ, ਸਟੇਟਮੈਂਟਸ ਆਉਂਦੀਆਂ, ਇੱਕ ਤਾਂ ਐਕਸਪਾਂਜੀ ਹੋ ਗਿਆ ਉਹ ਜਿਹੜਾ ਨਾ ਉਹਨਾਂ ਦੇ ਜਿਹੜੇ ਆ ਬੋਲੇ ਗਏ ਉਹ ਮਜੀਠੀਆ ਸਾਹਿਬ ਦੇ ਬਾਰੇ, ਚੰਨੀ ਸਾਹਿਬ ਦੇ ਬਚਨ ਸੀਗੇ ਜੋ ਵੀ ਉਹਨਾਂ ਨੇ ਕਿਹਾ, ਉਹ ਐਕਸਪੰਜ ਹੋ ਚੁੱਕੇ ਹੋਏ। ਇਹਦਾ ਮਤਲਬ ਰਿਕਾਰਡ ਦਾ ਪਾਰਟ ਨਹੀਂ ਹੈ, ਉਹ ਹੁਣ ਆਫ ਦਾ ਰਿਕਾਰਡ ਜੋ ਹੈ ਵੀਡੀਓ ਦਾ ਪਾਰਟ ਹੈ। ਦੂਸਰੀ ਗੱਲ ਹੈ ਕਿ ਲੈਜਿਸਲੇਚਰ ਦੇ ਵਿੱਚ, ਚਾਹੇ ਪਾਰਲੀਮੈਂਟ ਹੋਵੇ ਚਾਹੇ ਲੈਜਿਸਲੇਚਰ, ਉੱਥੇ ਫਰੀਡਮ ਆਫ ਸਪੀਚ ਹੈ, ਉਹਦੇ ਆਧਾਰ ਤੇ ਤੁਹਾਡੇ ਖਿਲਾਫ ਕੇਸ ਨਹੀਂ ਹੋ ਸਕਦਾ। ਡਾਕਟਰ ਸਾਹਿਬ ਤੁਹਾਡੀ ਗੱਲ ਠੀਕ ਹੈ, ਲੇਕਿਨ ਬਾਹਰ ਵੀ ਤਾਂ ਇਹੀ ਕੁਛ ਹੈ। ਬਾਹਰ ਵੀ ਤਾਂ ਇਹੀ ਕਹਿੰਦੇ ਨੇ, ਆਊਟ ਆਫ ਵਿਧਾਨ ਸਭਾ ਵੀ ਤਾਂ ਨਵਜੋਤ ਸਿੰਘ ਸਿੱਧੂ ਸਿੱਧਾ ਹੀ ਕਹਿ ਰਿਹਾ, ਕਿਤੇ ਵੀ ਵਾਲੀਆ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ ਵੀ ਬਾਹਰ ਜਦੋਂ ਕੋਈ ਇਹੋ ਜਿਹਾ ਐਲੀਗੇਸ਼ਨ ਲੱਗਦਾ ਨਾ ਜੀ, ਉਹਦੇ 'ਤੇ ਉਹਨਾਂ ਨੇ ਇਹੀ ਕਿਹਾ ਵੀ 18 ਨੂੰ ਇਹ ਖੁੱਲ੍ਹ ਜਾਣਾ ਸਾਰਾ ਤੁਹਾਡੇ ਸਾਹਮਣੇ, ਤੁਸੀਂ ਉੱਥੇ ਆ ਜਾਓ। ਉਹ 18 ਨੂੰ ਦੇਖ ਰਿਹਾ, 18 ਤੋਂ ਬਾਅਦ ਕੀ ਕਰਦੇ ਉਹ, ਚੈਲੇਂਜ ਕਰਨਗੇ ਨਾ ਕਰਨਗੇ, ਉਹਨਾਂ ਨੂੰ ਪੋਲੀਟੀਕਲੀ ਕੀ ਸੂਟ। ਭੂਮਿਕਾ ਤੇ ਥੋੜ੍ਹਾ ਜਿਹਾ ਸਵਾਲ ਆਪਾਂ ਦੇਖੀਏ, ਉਹ ਪੋਲੀਟੀਕਲੀ ਕੀ ਸੂਟ ਕਰਦਾ, ਹਰ ਬੰਦੇ ਨੇ ਆਪਣੇ ਐਂਗਲ ਤੋਂ ਸੋਚਣਾ ਹੁੰਦਾ ਹੈ। ਪਰ ਮੈਨੂੰ ਲੱਗਦਾ ਹੈ ਕਿ ਇਹ ਗੱਲ ਜਿਹੜੀ ਸਪੀਕਰ ਵਾਲੀ ਤੁਸੀਂ ਗੱਲ ਕਹੀ ਹੈ, ਮੇਰੇ ਮੁਤਾਬਕ ਇਹ ਹੈ ਕਿ ਸਪੀਕਰ ਸਾਹਿਬ ਦਾ ਵੀ ਰੋਲ ਕੋਈ ਨਿਰਪੱਖ ਨਹੀਂ ਰਿਹਾ, ਕਿਉਂਕਿ ਜਿਹੜੇ ਇਸ਼ੂਜ਼, ਦੇਖੋ ਇਹ ਜਿਹੜਾ ਸੈਸ਼ਨ ਬੁਲਾਇਆ ਸੀਗਾ, ਤੁਸੀਂ ਅਪੋਜੀਸ਼ਨ ਨੂੰ ਜਿਹੜੇ ਇਸ਼ੂ ਉਠਾਉਣ ਦਾ ਜਦੋਂ ਮੌਕਾ ਨਹੀਂ ਦਿਓਗੇ ਵਾਲੀਆ ਸਾਹਿਬ, ਤੇ ਅਪੋਜੀਸ਼ਨ ਨੇ ਰੌਲਾ ਹੀ ਪਾਉਣਾ ਹੁੰਦਾ। ਇਹ ਦੇਖੋ, ਚਾਹੇ ਪਾਰਲੀਮੈਂਟ ਹੋਵੇ ਚਾਹੇ ਕੋਈ ਲੈਜਿਸਲੇਚਰ ਹੋਵੇ, ਆਪਾਂ ਨੂੰ ਦੇਖਿਆ ਕਿ ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਨੇ ਸੈਸ਼ਨ ਕਈ ਦਿਨ ਚੱਲਣਾ, ਤਾਂ ਵਾਸ਼ ਆਊਟ ਹੀ ਸੈਸ਼ਨ ਹੋ ਜਾਂਦਾ ਰਿਹਾ ਹੈ ਆਪਾਂ ਨੂੰ ਪਤਾ ਲੋਕ ਸਭਾ ਦਾ, ਔਰ ਕਈ ਦਿਨ ਲਗਾਤਾਰ ਹੀ ਕਰਨਾ ਪੈਂਦਾ ਸੀ, ਔਰ ਇੱਕ ਇੱਕ ਦਿਨ ਦੇ ਵਿੱਚ ਉਹਨਾਂ ਨੇ ਕਈ ਫਿਰ ਲੈਜਿਸਲੇਸ਼ਨ ਕੀਤੀਆਂ ਜਦੋਂ ਸਾਰੇ ਵਾਕਆਊਟ ਕਰ ਗਏ। ਉੱਥੇ ਤਾਂ ਜਾ ਕੇ ਇੰਨਾ ਰੌਲਾ ਪੈਂਦਾ ਰਿਹਾ ਹੈ ਕਿ ਇਹ ਤੋਂ ਵੱਧ ਰੌਲਾ ਪੈਂਦਾ ਰਿਹਾ ਹੈ, ਗੰਦ ਪੈਂਦਾ ਰਿਹਾ ਉੱਥੇ। ਔਰ ਮੈਂ ਸਮਝਦਾ ਕਿ ਇਹ ਤਾਂ ਚਲੋ ਇਹ ਸੈਸ਼ਨ ਸੀ, ਵੀ ਜਦੋਂ ਤੁਸੀਂ ਅਪੋਜੀਸ਼ਨ ਨੂੰ ਮੌਕਾ ਨਹੀਂ ਦਿਓਗੇ ਤਾਂ ਅਪੋਜੀਸ਼ਨ ਦੇ ਕੋਲ ਕੋਈ ਵੇ ਆਊਟ ਨਹੀਂ ਕਿ ਉਹਨਾਂ ਨੇ ਰੌਲਾ ਪਾਉਣਾ ਹੁੰਦਾ ਹੈ। ਜਿਹੜੇ ਇਸ਼ੂਜ਼ ਇਹਨਾਂ ਨੇ ਲਏ ਹੈ, ਮੈਂ ਸਮਝਦਾ ਕਿ ਇਹ ਠੀਕ ਹੈ ਕਿ ਇਸ ਵੇਲੇ ਹਾਈਪ ਇਹੀ ਕ੍ਰੀਏਟ ਕੀਤੀ ਹੋਈ ਹੈ, ਮੀਡੀਆ ਵਿੱਚ ਵੀ ਇਹੀ ਕ੍ਰੀਏਟ ਕੀਤੀ ਹੋਈ ਹੈ, ਪਬਲਿਕ ਓਪੀਨੀਅਨ ਵੀ ਇਹੀ ਲੱਗਦਾ ਜੋ ਤੁਸੀਂ ਕਹਿ ਰਹੇ। ਪਰ ਜਦੋਂ ਇਹ ਸਾਰੀਆਂ ਗੱਲਾਂ ਦਾ ਨਿਰਪੱਖ ਲੇਖਾ ਜੋਖਾ ਹੋਣਾ ਹੈ ਨਾ ਜੀ, ਤਾਂ ਤਸਵੀਰ ਹੋਰ ਤਰ੍ਹਾਂ ਦੀ ਇਹਦੇ ਚੋਂ ਨਿਕਲਣੀ ਹੈ। ਅਜੇ ਸਾਡੇ ਕੋਲ ਇੱਕ ਪਾਸੜ, ਇੱਕ ਧਿਰ ਦੀ ਜਾਣਕਾਰੀ ਸਾਡੇ ਕੋਲ ਆਈ ਹੈ, ਦੂਸਰੀ ਧਿਰ ਦੀ ਜਾਣਕਾਰੀ ਸਾਡੇ ਕੋਲ ਪ੍ਰਾਪਤ ਨਹੀਂ ਹੈ। ਜਦੋਂ ਫੈਕਟਸ ਦੋਨਾਂ ਧਿਰਾਂ ਦੇ ਹੋਣਗੇ ਤਾਂ ਉਦੋਂ ਗੱਲ ਅਸੀਂ ਹੋਰ ਤਰ੍ਹਾਂ ਕਹਾਂਗੇ। ਅੱਜ ਮੈਂ ਕਿਸੇ ਮੀਡੀਆ 'ਤੇ ਸੁਣ ਰਿਹਾ ਸੀਗਾ ਕਿ ਜਿਹੜਾ 2013 ਵਾਲਾ ਇਹਨਾਂ ਨੇ ਰੱਦ ਕੀਤਾ ਹੋਇਆ, ਜਿਹੜਾ ਉਹ ਕੰਟਰੈਕਟ ਫਾਰਮਿੰਗ ਵਾਲਾ ਐਕਟ ਹੈ, ਸ਼ਾਇਦ ਪਿਆਰੇ ਲਾਲ ਗਰਗ ਹੀ ਸੀਗੇ ਕਿਸੇ ਚੈਨਲ 'ਤੇ ਉਹ ਬੋਲ ਰਹੇ ਸੀਗੇ, ਉਹ ਕਹਿ ਰਹੇ ਸੀਗੇ ਕਿ ਉਹਦੇ ਵਿੱਚ ਇੰਨੀਆਂ ਕਲਾਜ਼ਸ ਅੱਛੀਆਂ ਸੀਗੀਆਂ,
ਉਹਦਾ ਜਿਹੜਾ ਸੈਂਟਰ ਨੇ ਤਿੰਨ ਐਕਟ ਬਣਾਏ ਆ ਉਹਨਾਂ ਨਾਲ ਕੋਈ ਤਾਲੁਕ ਨਹੀਂ, ਔਰ ਸੈਂਟਰ ਦੇ ਐਕਟ ਦੇ ਖਿਲਾਫ ਉਹ ਪੰਜਾਬ ਦੀ ਕਿਰਸਾਨੀ ਦੇ ਹਿੱਤ ਵਿੱਚ ਸੀਗੇ, ਔਰ ਜਿਹੜੀਆਂ ਉਹਨਾਂ ਨੇ ਆਰਗੂਮੈਂਟਸ ਦਿੱਤੀਆਂ। ਡਾਕਟਰ ਕੇਰ ਸਿੰਘ ਜੀ, ਰੌਲਾ ਤਾਂ ਇਹ ਹੈ ਕਿ ਆਪਾਂ ਰੌਲਾ ਰੱਪਾ ਸੁਣਿਆ, ਜਿਹੜੀ ਗੱਲ ਤੁਸੀਂ ਕੀਤੀ ਹੈ ਉੱਥੇ ਡਿਸਕਸ਼ਨ ਤਾਂ ਕਿਤੇ ਹੋਈ ਨਹੀਂ, ਜਾਣੀ ਜਿਹੜੀ ਹੰਗਾਮਾ ਹੀ ਹੋਇਆ ਨਾ ਕਿਸੇ ਤੇ, ਨਾ ਪੰਜਾਬੀ ਤੇ, ਨਾ BSF ਤੇ, ਨਾ ਇੱਥੇ 15 ਬਿੱਲ ਨੇ। ਜੇ ਡਿਸਕਸ਼ਨ ਹੁੰਦੀ ਤਾਂ ਇੰਨੇ ਘੱਟ ਸਮੇਂ ਚ ਕੁਛ ਨਹੀਂ ਆਉਣਾ ਸੀ। ਵਿਧਾਨ ਸਭਾ ਜਿਸ ਕੰਮ ਲਈ, ਇੱਥੇ ਹਰਪਾਲ ਚੀਮਾ ਬਿਲਕੁਲ ਠੀਕ ਕਹਿ ਰਿਹਾ ਕਿ ਡਿਸਕਸ਼ਨ ਨਹੀਂ ਹੋਈ, ਲੇਕਿਨ ਗੱਲ ਤਾਂ ਡਾਕਟਰ ਸਾਹਿਬ ਇਹ ਹੈ ਕਿ ਜੇ ਨਹੀਂ ਹੋਈ ਤਾਂ ਫੇਲਿਓਰ ਕਿਹਦੀ ਮੰਨੀਏ? ਉਹਦੇ ਚ ਆਪੋਜੀਸ਼ਨ ਸਿਰਫ ਮੀਡੀਆ ਚ ਬਿਆਨਬਾਜ਼ੀ ਕਰ ਰਹੀ ਹੈ ਜਾਂ ਕੁਛ ਹੋਰ ਵੀ ਕਰ ਸਕਦੀ ਸੀ? ਇਹ ਤੇ ਵੀ ਆਪਾਂ ਚਰਚਾ ਕਰਾਂਗੇ। ਇੱਕ ਬ੍ਰੇਕ ਲੈ ਲਈਏ ਪਹਿਲਾਂ, ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਚਰਚਾ ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਸਿੱਧੂ ਸਾਹਿਬ, ਜਿਵੇਂ ਮੈਂ ਡਾਕਟਰ ਕੇਰ ਸਿੰਘ ਹੋਰਾਂ ਕੋਲ ਜਾਣਾ, ਲੇਕਿਨ ਪਹਿਲਾਂ ਤੁਹਾਡੀ ਟਿੱਪਣੀ ਕਿ ਵਿਧਾਨ ਸਭਾ ਦੇ ਵਿੱਚ ਭਾਵੇਂ 15 ਬਿੱਲ ਪਾਸ ਹੋ ਗਏ, ਚਲੋ ਕੰਟਰੈਕਟ ਫਾਰਮ ਦੀ ਤਾਂ ਇਹਨਾਂ ਨੇ ਗੱਲ ਕੀਤੀ, ਠੀਕ ਹੈ ਜਾਂ ਗਲਤ ਇਹ ਤਾਂ ਵੱਖਰੀ ਗੱਲ ਹੈ, ਲੇਕਿਨ ਉੱਥੇ ਇਸ਼ੂਜ਼ ਤੇ ਬਹਿਸ ਤਾਂ ਹੋਈ ਨਹੀਂ, ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਗੱਲ ਇਹ ਆ, ਜਦੋਂ ਵਾਕਆਊਟ ਕਰ ਜੇ ਆਪੋਜੀਸ਼ਨ ਤਾਂ ਉਹਦੇ ਵਿੱਚੋਂ ਤਾਂ ਫਿਰ ਪਾਸ ਤਾਂ ਉਹ ਕਰ ਹੀ ਸਕਦੇ ਨੇ, ਇਹਦੇ 'ਚ ਤਾਂ ਕੋਈ ਰੌਲਾ ਨਹੀਂ ਹੈ। ਪਰ ਜਿਹੜਾ ਜਿਹੜਾ ਸੀਨ ਉੱਥੇ ਕ੍ਰੀਏਟ ਹੋਇਆ, ਜਿਹੜਾ ਇਨਡਿਸਿਪਲਿਨ ਕ੍ਰੀਏਟ ਹੋਇਆ, ਜਿਸ ਤਰੀਕੇ ਨਾਲ ਚੀਫ ਮਿਨਿਸਟਰ ਨੂੰ ਕੰਨਾਂ ਦੇ ਵਿੱਚ ਐਡਵਾਈਜ਼ ਕੀਤਾ ਜਾ ਰਿਹਾ, ਇਹ ਕੋਈ ਕਿਸੇ ਤਰੀਕੇ ਨਾਲ ਵੀ ਐਪਰੀਸ਼ੀਏਬਲ ਨਹੀਂ ਹੈਗੀ ਇਹ ਗੱਲ। ਅਤੇ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਜਿੱਦਾਂ ਪ੍ਰੋਫੈਸਰ ਕੇਰ ਸਿੰਘ ਨੇ ਗੱਲ ਕਹਿਤੀ ਹੈ ਕਿ ਇਹ ਵਿਧਾਨ ਸਭਾ ਦੇ ਵਿੱਚ ਕੁਛ ਵੀ ਕਹਿ ਸਕਦਾ, ਇਹ ਕਹਿੰਦੇ ਪਬਲਿਕ ਡਾਕੂਮੈਂਟ ਹੋਣਾ ਚਾਹੀਦਾ। ਪਬਲਿਕ ਡਾਕੂਮੈਂਟ ਹੋਰ ਕੀ ਹੋਊਗਾ? ਪਬਲਿਕ ਡਾਕੂਮੈਂਟ ਅਖਬਾਰਾਂ 'ਚ ਛਪ ਗਿਆ, TV ਦੀਆਂ ਸਾਰੀਆਂ ਉਹਨਾਂ ਚੈਨਲ ਦੇ ਉੱਤੇ ਚੀਜ਼ਾਂ ਦਿਖਾਈਆਂ ਜਾ ਰਹੀਆਂ ਨੇ, ਡੀਫੇਮ ਤਾਂ ਹੋ ਗਿਆ ਬੰਦਾ। ਜੇ ਡੀਫੇਮ ਹੋਣ ਦੇ ਬਾਵਜੂਦ ਵੀ ਉਹ ਕਹਿੰਦਾ ਵੀ ਕੋਈ ਨਹੀਂ, ਮੇਰੇ ਮਾਰਿਆ, ਕਹਿੰਦਾ ਐਬਕੀ ਮੇਰੇ ਭਾਈ ਕੇ ਮਾਰ, ਉਹਦੇ ਭਾਈ ਦੇ ਵੀ ਜੜ ਦਿੰਦਾ, ਉਹ ਕਹਿੰਦਾ ਐਬਕੀ ਮੇਰੇ ਚਾਚੇ ਦੇ ਮਾਰ। ਉਹ ਜੇ ਸਾਰਾ ਟੱਬਰ ਕੁਟਾ ਕੇ ਇਹ ਗੱਲ ਕਰਾਉਣੀ ਹੈ, ਠੀਕ ਕਰਨੀ ਹੈ, ਫਿਰ ਉਹਦਾ ਕੀਤਾ ਨਾ ਕੀਤਾ ਇੱਕ ਬਰਾਬਰ ਆ ਜਾਂਦਾ, ਜਿਸ ਤਰੀਕੇ ਨਾਲ ਅਸੀਂ ਇਹਨੂੰ ਸੋਚਦੇ ਹਾਂ। ਆਮ ਆਦਮੀ ਦੇ ਸੋਚਣ ਦਾ ਤਰੀਕਾ ਥੋੜ੍ਹਾ ਜਿਹਾ ਹੋਰ ਹੁੰਦਾ, ਜਿਹੜੇ ਪੋਲੀਟੀਕਲ ਐਨਾਲਿਸਟ ਅਸੀਂ ਬੈਠ ਕੇ ਗੱਲ ਕਰਦੇ ਹਾਂ, ਸਾਡੇ ਵੀ ਮਾੜੇ ਮੋਟੇ ਬਾਇਸ ਹੋ ਸਕਦੇ ਨੇ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਨਾ ਹੋਣ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸੱਚ ਦੀ ਗੱਲ ਕਰੀਏ, ਜੋ ਸਹੀ ਲੱਗਦਾ ਉਹਨੂੰ ਪ੍ਰੈਜੈਂਟ ਕਰੀਏ। ਉਹ ਆਪਣੀ ਜਿੰਨੀ ਕੁ ਮਤ ਹੁੰਦੀ ਆ ਉਸ ਮਤ ਦੇ ਮੁਤਾਬਕ ਹਰ ਬੰਦਾ ਆਪਣੀ ਗੱਲ ਨੂੰ ਰੱਖਦਾ ਹੈਗਾ, ਅਤੇ ਜੇ ਐਕਸਪੰਜ ਵੀ ਹੋ ਗਏ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਹੈਗਾ। ਆਮ ਆਦਮੀ ਅਤੇ ਪੋਲੀਟੀਕਲ ਐਨਾਲਿਸਟ ਦੇ ਸੋਚਣੀ ਦੇ ਵਿੱਚ ਫਰਕ ਹੈ। ਆਮ ਆਦਮੀ ਨੇ ਜਿਹੜੀ ਚੀਜ਼ ਸੋਚ ਲਈ, ਆਮ ਆਦਮੀ ਨੇ ਜਿਹੜੀ ਚੀਜ਼ ਦੇਖ ਲਈ, ਆਮ ਆਦਮੀ ਨੇ ਜਿਹੜੀ ਚੀਜ਼ ਅਖਬਾਰ 'ਚ ਪੜ੍ਹ ਲਈ, ਉਹ ਡੀਫੇਮ ਹੋ ਗਿਆ, ਹੋਰ ਡੀਫੇਮ ਹੋਣ 'ਚ ਕੀ ਕਰਾਉਣਾ ਤੁਸੀਂ ਉਹਦੇ ਕੋਲ? ਬਿਲਕੁਲ, ਤੁਹਾਡੀ ਇਹ ਗੱਲ ਤੁਹਾਡੀ ਠੀਕ ਹੈ, ਜੋ ਇੱਕ ਵਾਰੀ ਜੋ ਨੁਕਸਾਨ ਉਹਦਾ ਹੋਣਾ ਸੀ ਉਹ ਤਾਂ ਹੋ ਚੁੱਕਿਆ, ਲੇਕਿਨ ਡਾਕਟਰ ਕੇਰ ਸਿੰਘ ਆਪਾਂ ਅਗਲਾ ਸਟੈਪ ਉਹ ਵੀ ਜ਼ਰੂਰੀ ਹੈ, ਕਿਉਂਕਿ ਦਰਸ਼ਕ ਉਹ ਵੀ ਦੇਖਣਾ ਜਾਣਨਾ ਚਾਹੁੰਦੇ ਨੇ ਕਿ ਇਹ ਜਿਸ ਕੰਮ ਲਈ ਹੋਇਆ ਸੀ ਉਹਦੇ ਚ ਫੇਲਰ ਕਿਹਦੀ ਬਣੀਏ? ਇਹਨਾਂ ਦੀ ਜਿੱਤ ਬਣੀਏ ਵੀ ਇਹਨਾਂ ਨੇ ਬਹਿਸ ਨਹੀਂ ਹੋਣ ਦਿੱਤੀ, ਬਿੱਲ ਪਾਸ ਕਰ ਲਏ ਸੱਤਾ ਦੇ ਧਿਰ ਨੇ, ਜਾਂ ਵਿਰੋਧੀ ਧਿਰਾਂ ਦੀ, ਖਾਸ ਤੌਰ ਤੇ ਆਮ ਆਦਮੀ ਪਾਰਟੀ ਦੀ ਫੇਲਰ ਬਣੀਏ? ਕਿਵੇਂ ਦੇਖਦੇ ਹੋ? ਵਾਲੀਆ ਸਾਹਿਬ, ਜਿਹੜੇ ਵੀ ਬਿੱਲ ਆਏ ਹੈ ਉਹਨਾਂ ਚੋਂ ਕੋਈ ਇਹੋ ਜਿਹਾ ਬਿੱਲ ਨਹੀਂ ਸੀ BJP ਨੂੰ ਆਪਾਂ ਛੱਡ ਦਈਏ, ਸਾਰਿਆਂ ਦੀ ਆਲਮੋਸਟ ਸਹਿਮਤੀ ਸੀ ਸਾਰੀਆਂ ਪਾਰਟੀਆਂ ਦੀ। ਸੋ ਉੱਤੇ ਬਹਿਸ ਦੀ ਤਾਂ ਗੱਲ ਕਰਦੇ ਜੇ ਕੋਈ ਇਸ਼ੂ ਉਹੋ ਜਿਹਾ ਆਉਂਦਾ ਜਿੱਥੇ ਕੋਈ ਕੰਟਰੋਵਰਸੀ ਬਹੁਤ ਵੱਡੀ ਹੈ, BJP ਨੇ ਇਹਨੂੰ ਅਪੋਜ਼ ਕਰਨਾ ਸੀਗਾ ਜਾਂ ਮਹਾਰਾਜਾ ਕੈਪਟਨ ਅਮਰਿੰਦਰ ਨੇ ਅਪੋਜ਼ ਕਰਨਾ ਸੀਗਾ, ਉਹ ਵਿੱਚੋਂ ਐਬਸੈਂਟ ਹੈ। ਕਹਿਣਾ ਸੁਣਿਆ ਗਿਆ ਕਿ ਸਾਨੂੰ ਬੋਲਣ ਨਹੀਂ ਦਿੱਤਾ ਗਿਆ, ਨਹੀਂ ਉਹ ਦੇਖੋ ਉਹ ਇਸ਼ੂ ਹੋਰ ਜਿਹੜੇ ਰੇਜ਼ ਕਰਨਾ ਚਾਹੁੰਦੇ ਸੀ, ਹੋਰ ਇਸ਼ੂ ਰੇਜ਼ ਕਰਨਾ ਚਾਹੁੰਦੇ ਸੀ, ਬਿੱਲਾਂ ਦੀ ਸਮੱਸਿਆ ਜਿਹੜੀ ਆ BSF ਤੇ ਸਹਿਮਤੀ ਹੈ, ਇੱਕ ਖੇਤੀ ਦੇ ਜਿਹੜੇ ਐਕਟ ਆ ਉਹਨਾਂ ਤੇ ਸਹਿਮਤੀ ਹੈ, ਉਹ ਇਸ਼ੂ ਜਿਹੜੇ ਮੇਨ ਲੈਂਗੁਏਜ ਵਾਲਾ ਸਾਹਿਬ ਸ਼ਾਇਦ ਤੁਸੀਂ ਕਿਤੇ ਮਿਸ ਕਰ ਗਏ, ਉਹ ਇਹ ਕਹਿਣਾ ਚਾਹੁੰਦੇ ਸੀ ਕਿ ਡਰਾਮਾ ਕਰ ਰਹੇ ਨੇ ਚੰਨੀ ਸਾਹਿਬ, ਪਹਿਲਾਂ ਇਹ ਆਪ ਜਾ ਕੇ ਅਮਿਤ ਸ਼ਾਹ ਨੂੰ ਕਹਿ ਕੇ
ਇਹ ਗੱਲ ਉਹ ਕਹਾਉਣੀ ਨਹੀਂ ਚਾਹੁੰਦੇ ਸੀ। ਹਰਪਾਲ ਚੀਮਾ ਇਹ ਕਹਿਣਾ ਚਾਹੁੰਦਾ ਸੀ, ਰੌਲਾ ਤਾਂ ਇਹ ਸੀ ਵੀ ਸਾਨੂੰ ਕ੍ਰਿਟੀਸਾਈਜ਼ ਕਰਦੇ ਨੇ ਇਸ ਇਸ਼ੂ ਤੇ। ਸਾਹਿਬ ਤੁਸੀਂ ਇਹ ਠੀਕ ਕਹਿ ਰਹੇ ਹੋ, ਸਵਾਲ ਇਹ ਹੈ ਜਿੱਥੋਂ ਤੱਕ ਬਿੱਲ ਸੀਗੇ ਉਹਨਾਂ ਬਾਰੇ ਕੋਈ ਅਸਹਿਮਤੀ ਨਹੀਂ ਹੈ, ਸਿਰਫ ਗੱਲ ਤੇ ਸਿਰਫ ਇਹ ਸੀਗਾ ਕਿ ਐਲੀਗੇਸ਼ਨ ਲਾਉਣੇ ਸੀਗੇ ਉਹਨਾਂ ਨੇ, ਕਿ ਤੁਸੀਂ ਜਾ ਕੇ ਕਹਿ ਕੇ ਲਿਖ ਕੇ ਨਹੀਂ ਦਿੱਤਾ ਕੁਛ ਵੀ, ਉਹਨਾਂ ਨੇ ਇਹ ਗੱਲ ਕਹੀ ਉੱਥੇ ਜਾ ਕੇ ਵੀ ਸਾਡੇ ਬਾਰਡਰ ਦਾ ਧਿਆਨ ਤੁਹਾਨੂੰ ਰੱਖਣ ਦੀ ਲੋੜ ਹੈ। ਉਹ ਬੀਜੇਪੀ ਨੂੰ ਤੇ ਇਹ ਮੌਕਾ ਚਾਹੀਦਾ ਕਿ ਇਹੋ ਜਿਹੀ ਕੋਈ ਗੱਲ ਸੀਐਮ ਸਾਡੇ ਕੋਲ ਆ ਕੇ ਕਹੇ, ਸਾਨੂੰ ਮੌਕਾ ਦੇਵੇ, ਔਰ ਉਹਨੇ ਮੌਕੇ ਦਾ ਫਾਇਦਾ, ਕੋਈ ਰਿਕਾਰਡ ਤੇ ਇਹੋ ਜਿਹੀ ਕੋਈ ਚੀਜ਼ ਨਹੀਂ ਹੈ ਜਿਹੜੀ ਸੀਐਮ ਨੇ ਉੱਥੇ ਲਿਖ ਕੇ ਦਿੱਤੀ ਹੋਵੇ ਚੰਨੀ ਸਾਹਿਬ ਨੇ ਕਿ ਵੀ ਤੁਸੀਂ ਬੀਐਸਐਫ ਦਾ ਵਧਾਓ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਇਸ਼ੂ ਸਿਰਫ ਇਹ ਹੈ ਕਿ ਪੋਲੀਟੀਕਲ ਪਾਰਟੀਜ਼ ਨੇ ਐਲੀਗੇਸ਼ਨ ਲਾਉਣੇ ਹੁੰਦੇ ਆ ਔਰ ਇਸ਼ੂ ਹੋਰ ਰੇਜ਼ ਕਰਨੇ ਸੀ ਉਹਨਾਂ ਨੇ, ਜਿਹੜੇ ਹੋਰ ਇਸ਼ੂ ਰੇਜ਼ ਕਰਨੇ ਸੀ ਉਹਨਾਂ ਲਈ ਟਾਈਮ ਨਹੀਂ ਮਿਲ ਰਿਹਾ, ਉਹਦੇ ਕਰਕੇ ਰੌਲਾ ਪੈ ਰਿਹਾ ਹੋਇਆ ਸੀਗਾ। ਇਹਨਾਂ ਇਸ਼ੂਜ਼ ਦੇਖੋ ਪੰਜਾਬੀ ਦੀ ਲੈਂਗੁਏਜ ਦੀ ਕੋਈ ਰੌਲਾ ਨੀਗਾ, ਆਹ ਜਿਹੜੀ ਸਰਵਿਸਿਜ਼ ਨੂੰ ਰੈਗੂਲਰਾਈਜ਼ ਕਰਨ ਵਾਲਾ ਜਾਂ ਉਹਨਾਂ ਦੀ ਸੇਫਟੀ ਪ੍ਰੋਵਾਈਡ ਕੋਈ ਰੌਲਾ ਨੀਗਾ, ਪੰਜਾਬੀ ਵਾਲੇ ਕੋਈ ਰੌਲਾ ਨਹੀਂ, ਬੀਐਸਐਫ ਵਾਲੇ ਕੋਈ ਰੌਲਾ ਨੀਗਾ, ਖੇਤੀ ਕਾਨੂੰਨਾਂ ਬਾਰੇ ਕੋਈ ਰੌਲਾ ਨੀਗਾ, ਆ ਪੀਪੀ ਬਾਰੇ ਵੀ ਉਹੀ ਕੋਈ ਖਾਸ ਰੌਲਾ ਨੀਗਾ। ਉਹਦੇ 'ਚ ਸਿਰਫ ਇਹ ਗੱਲ ਆ ਰਹੀ ਸੀ ਜ਼ਰੂਰ ਵੀ ਤੁਸੀਂ ਸਾਨੂੰ ਕਹਿੰਦੇ ਸੀ ਰੱਦ ਕਰੋ, ਹੁਣ ਤੁਸੀਂ ਕਹਿ ਰਹੇ ਹੋ ਵੀ ਅਸੀਂ ਟੈਰਫ ਰੀਨੈਗੋਸ਼ੀਏਟ ਕਰਨਾ, ਇਸ਼ੂ ਇਹੋ ਜਿਹੇ ਉਠਾਉਣਾ ਚਾਹੁੰਦੇ ਸੀਗੇ ਉਹ ਇਸ਼ੂ ਜਿਹੜੇ ਨਹੀਂ ਉਠਾਉਣ ਦਿੱਤੇ ਗਏ ਉੱਤੇ ਰੌਲਾ ਪੈ ਗਿਆ। ਹੁਣ ਗੱਲ ਸਿਰਫ ਇਹ ਹੈ ਕਿਉਂਕਿ ਸਟ੍ਰੀਮ ਰੋਲਿੰਗ ਮੈਜੋਰਿਟੀ ਜਦੋਂ ਹੁੰਦੀ ਹੈ ਤੇ ਉਹਦੇ ਵਿੱਚ ਤੁਸੀਂ ਦੇਖੋ ਆਪੋਜੀਸ਼ਨ ਦਾ ਰੋਲ ਕਰਨ ਵਾਲੀ ਪਾਰਟੀ ਉਹ ਆਲਰੇਡੀ ਜਿਹੜੀ ਉਹ ਸ਼ੈਟਰ ਹੋਈ ਪਈ ਹੋਈ ਹੈ, ਅਕਾਲੀ ਦਲ ਦੇ ਉੱਪਰ ਅਟੈਕ ਕੀਤੇ ਜਾ ਰਹੇ ਹੋਏ ਆ ਕਿ ਤੁਸੀਂ ਇੰਨਾ ਰੌਲਾ ਪਾਇਆ ਹੋਇਆ, ਤੁਸੀਂ ਇੰਨਾ ਗੰਦ ਪਾਇਆ, ਤੁਸੀਂ ਇੰਨਾ ਪੈਸਾ ਸਾਡੇ ਸਿਰ ਚੜਾ ਦਿੱਤਾ ਹੋਇਆ, ਉਹਦੇ ਬਾਰੇ ਉਹ ਐਲੀਗੇਸ਼ਨ ਲੱਗ ਰਹੇ ਉਹਨਾਂ ਦੇ ਉੱਪਰ। ਪਰ ਬਿੱਲ ਜਿਹੜੇ ਆ ਰਹੇ ਆ, ਇਸ਼ੂ ਤੇ ਇਹ ਸੀਗਾ ਬਿੱਲ ਜਿਹੜੇ ਲੈ ਕੇ ਤੁਸੀਂ ਆਏ ਉਹਨਾਂ ਤੇ ਡਿਸਕਸ਼ਨ ਕਰਨ ਦਾ ਮੌਕਾ ਦਿਓ ਤੁਸੀਂ। ਡਾਕਟਰ ਕੇਤ ਸਿੰਘ ਜੀ ਟਾਈਮ ਨਾ ਘਟ ਜੇ, ਇੱਕ ਹੋਰ ਵੀ ਗੱਲ ਕਰ ਲਈਏ, ਇਹ ਚੰਨੀ ਸਾਹਿਬ ਦੀ ਕਲਾ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਹੱਕ 'ਚ ਬੋਲ ਕੇ ਲੇਕਿਨ ਉਹਨਾਂ ਨੂੰ ਨੰਬਰ 2 ਤੇ ਰੱਖਿਆ, ਜਾਂ ਸਮਝੋ ਸੁਭਾਵਿਕ ਤੌਰ ਤੇ ਨੰਬਰ 2 ਤੇ ਆ ਗਏ। ਕੱਲ ਦੀ ਜੇ ਆਪਾਂ ਪੂਰੀ ਡਿਸਕਸ਼ਨ ਦੇਖੀਏ ਚੰਨੀ ਨੰਬਰ 1 ਤੇ ਨਿਕਲਦਾ ਹੈ। ਤੁਸੀਂ ਬਿਲਕੁਲ ਠੀਕ ਰਹਿ ਕਹਿ ਰਹੇ ਹੋ ਔਰ ਚੰਨੀ ਸਾਹਿਬ ਮੈਂ ਪਹਿਲਾਂ ਵੀ ਇਹ ਦੱਸ ਚੁੱਕਿਆ, ਪਹਿਲਾਂ ਕਿਹਾ ਹੈ ਕਿ ਜਿਸ ਹੌਸਲੇ ਨਾਲ ਉਹ ਬੋਲੇ ਹੈ ਔਰ ਜਿਸ ਕਿਸਮ ਦੀ ਲੀਡਰਸ਼ਿਪ ਉਹਨਾਂ ਨੇ ਦਿੱਤੀ ਹੋਈ ਹੈ ਉਹਦੇ ਵਿੱਚ ਸਿੱਧੂ ਸਾਹਿਬ ਦਾ ਰੋਲ ਦੋਇਮ ਹੈ, ਗਾਉਣ ਹੈ, ਉਸ ਤਰ੍ਹਾਂ ਦਾ ਨਹੀਂ ਹੈ ਜਿਹੜਾ ਬਾਹਰ। ਤੁਸੀਂ ਦੇਖੋ ਉਹਨਾਂ ਨੂੰ ਕੋਸ਼ਿਸ਼, ਸਿੱਧੂ ਸਾਹਿਬ ਆਪਣੇ ਆਪ ਨੂੰ ਕੰਪਨਸੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਕਿ ਉਹ ਉੱਧਰ ਚੱਲ ਰਿਹਾ ਹੁੰਦਾ ਵਿੱਚੋਂ ਨਿਕਲਦੇ ਬਾਹਰ ਆ ਕੇ ਮੀਡੀਆ ਨੂੰ ਐਡਰੈਸ ਕਰਨਾ ਸ਼ੁਰੂ ਕਰ ਦਿੰਦੇ ਆ, ਯਾਨੀ ਕਿ ਮੀਡੀਆ ਦੇ ਵਿੱਚ ਜਿਹੜਾ ਪ੍ਰੋਜੈਕਟ ਆਪਣੇ ਆਪ ਨੂੰ ਕਰ ਰਿਹਾ, ਪਰ ਅਸੈਂਬਲੀ ਦੇ ਵਿੱਚ ਚੰਨੀ ਸਾਹਿਬ ਦਾ ਡੈਫੀਨੇਟਲੀ ਡੋਮੀਨੀਅਰਿੰਗ ਰੋਲ ਰਿਹਾ। ਉਹ ਸਾਰੀਆਂ ਗੱਲਾਂ ਦੇ ਬਾਵਜੂਦ ਚੰਨੀ ਸਾਹਿਬ ਮਜ਼ਬੂਤ ਹੋ ਕੇ ਨਿਕਲੇ ਆ, ਹੌਸਲੇ ਵਾਲੇ ਨਿਕਲੇ ਆ ਔਰ ਉਹਨਾਂ ਨੇ ਆਪਣੀ ਲੀਡਰਸ਼ਿਪ ਸਥਾਪਿਤ ਕੀਤੀ ਹੈ। ਇਹ ਮੈਂ ਸਮਝਦਾ ਕਿ ਚੰਨੀ ਸਾਹਿਬ ਦੀ ਪ੍ਰਾਪਤੀ ਹੈ ਇਸ ਸੈਸ਼ਨ ਦੇ ਵਿੱਚ, ਔਰ ਸਿੱਧੂ ਸਾਹਿਬ ਦਾ ਰੋਲ ਜਿਹੜਾ ਹੈਗਾ ਉਹਨਾਂ ਨੇ ਜਿਸ ਤਰ੍ਹਾਂ ਵੀ ਮੈਨੂਪੁਲੇਟ ਕਰ ਲਿਆ, ਕੁਛ ਕਰ ਲਿਆ, ਪਰ ਸਿੱਧੂ ਸਾਹਿਬ ਨੂੰ ਵੀ ਆਪਣੇ ਨਾਲ ਤੋਰ ਲਿਆ ਹੋਇਆ ਔਰ ਇਹ ਚੰਨੀ ਸਾਹਿਬ ਦੀ ਇੱਕ ਗੱਲ। ਸਿੱਧੂ ਸਾਹਿਬ ਦੀ ਗੱਲ ਤੋਂ ਅੱਗੇ ਵਧੀਏ, ਕਰਮਜੀਤ ਸਿੰਘ ਸਿੱਧੂ ਸਾਹਿਬ ਜਿਵੇਂ ਅੱਜ 10 ਬੰਦਿਆਂ ਨੂੰ ਡਿਕਲੇਅਰ ਕੀਤਾ ਹੈ, ਇਹ ਤੁਹਾਨੂੰ ਨਹੀਂ ਲੱਗਦਾ ਰੂਬੀ ਦਾ ਜਾਣਾ ਤੇ ਕੱਲ ਜਗਤਾਰ ਜੱਗੇ ਦਾ ਪ੍ਰਸ਼ੰਸਾ ਕਰਨਾ ਆਮ ਆਦਮੀ ਪਾਰਟੀ ਦੇ 10 ਬੰਦਿਆਂ ਨੂੰ ਟਿਕਟ ਦਵਾ ਗਿਆ? ਗੱਲ ਤਾਂ ਇਹੀ ਹੈ ਜੀ ਕਿ ਇਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਤਾਂ ਪਹਿਲਾਂ ਹੀ ਫੇਲ ਹੋ ਰਹੀ ਹੈ। ਉਹ ਇਹਦੇ ਸੈਸ਼ਨ ਦੇ ਨਾਲ ਉਹਦਾ ਕੋਈ ਤਾਲੁਕ ਨਹੀਂ ਹੈ ਕਿ ਸੈਸ਼ਨ ਕਰਕੇ ਇਹ ਹੋ ਗਿਆ ਜਾਂ ਜੱਗਾ ਚਲਿਆ ਗਿਆ ਜਾਂ ਉਹ ਦੂਸਰਿਆਂ ਦੇ ਅਤੇ ਜਾਂ ਉਹ 10 ਬੰਦਿਆਂ ਦੀ ਟਿਕਟ ਕਨਫਰਮ ਕਰ ਰਹੇ ਨੇ। ਉਹਨਾਂ ਨੂੰ ਭੱਜਣਾ ਤਾਂ ਪਈਆਂ ਹੋਈਆਂ ਨੇ, ਪਹਿਲਾਂ ਦੀਆਂ ਹੀ ਪਈਆਂ ਹੋਈਆਂ ਨੇ, ਕਿਉਂਕਿ ਕੇਜਰੀਵਾਲ ਦੀ ਪੋਲਿਸੀ ਪੰਜਾਬ ਦੇ ਵਿੱਚ ਫੇਲ ਹੋ ਰਹੀ ਹੈ। ਫ੍ਰੀਬੀਜ਼ ਅਨਾਊਂਸ ਕਰਨ ਨਾਲ ਪੰਜਾਬ ਨਹੀਂ ਜਿੱਤਿਆ ਜਾ ਸਕਦਾ, ਪੰਜਾਬ ਦੀਆਂ ਵੋਟਾਂ ਨਹੀਂ ਲਈ ਜਾ ਸਕਦੀਆਂ, ਕਿਉਂਕਿ ਜਦ ਤੱਕ ਲੋਕਲ ਬੰਦਾ ਕੋਈ ਨਹੀਂ ਅੱਗੇ ਆਉਂਦਾ ਉਦੋਂ ਤੱਕ ਕੇਜਰੀਵਾਲ ਇਜ਼ ਨਾਟ ਐਕਸੈਪਟੇਬਲ ਇਨ ਪੰਜਾਬ। ਦੂਸਰੀ ਚੀਜ਼ ਇਹ ਹੈ ਕਿ ਮੈਂ ਇਹਦੇ ਵਿੱਚੋਂ ਇਹ ਵੀ ਦੇਖਦਾ ਕਿ ਬੇਸ਼ੱਕ ਚੰਨੀ ਨੂੰ ਐਡਵਾਂਟੇਜ ਹੋਇਆ, ਬਟ ਇਹ ਫੈਕਟ ਆਫ ਦਾ ਫੈਕਟ ਇਜ਼ ਕਿ ਸਿੱਧੂ ਇਜ਼ ਨਾਟ ਦਾ ਲੀਡਰ ਆਫ ਦਾ ਹਾਊਸ, ਹੀ ਇਜ਼ ਦਾ ਪ੍ਰੈਜ਼ੀਡੈਂਟ ਐਂਡ ਦੈਟ ਇਜ਼ ਅ ਡਿਫਰੈਂਟ ਔਰਗਨਾਈਜੇਸ਼ਨ। ਉਹਦਾ ਵਿਧਾਨ ਸਭਾ ਦੇ ਨਾਲ ਉਹਦਾ ਕੋਈ ਤਾਲੁਕ ਨਹੀਂ ਹੈ, ਹੀ ਹੈਜ਼ ਟੂ ਬੀ ਐਟ ਨੰਬਰ 2।
ਚਾਹੇ ਕੋਈ ਵੀ ਪ੍ਰੈਜ਼ੀਡੈਂਟ ਰਿਹਾ, ਇਸ ਤੋਂ ਪਹਿਲਾਂ ਸਾਰੇ ਪ੍ਰੈਜ਼ੀਡੈਂਟ ਨੰਬਰ 2 'ਤੇ ਹੀ ਰਹੇ ਨੇ ਚੀਫ ਮਿਨਿਸਟਰ ਦੇ ਮੁਕਾਬਲਤਨ। ਹੁਣ ਉਹਦੇ ਵਿੱਚ ਇੱਕ ਚੀਜ਼, ਜੇ ਚੰਨੀ ਇਹ ਕਹਿ ਆਇਆ ਕਿ ਬਾਰਡਰ ਨੂੰ ਸਟਰੋਂਗ ਕਰੋ, ਵਟ ਇਜ਼ ਰੋਂਗ ਇਨ ਇਟ? ਉਹਦਾ ਕੀ ਸਰਟੀਫਿਕੇਟ ਮਿਲ ਗਿਆ ਕਿ ਇਹਨੂੰ 50 ਕਿਲੋਮੀਟਰ 'ਤੇ ਲੈ ਆਓ ਜਾਂ 100 ਕਿਲੋਮੀਟਰ 'ਤੇ ਲੈ ਜਾਓ, ਫਿਰ ਤਾਂ ਸਾਰੇ ਫੌਜ ਹੀ ਲਾ ਦਿਓ, ਫਿਰ ਕੀ ਰੌਲਾ ਹੈ? ਇਹ ਤਾਂ ਇਹ ਮਿਸ ਇੰਟਰਪ੍ਰੀਟੇਸ਼ਨ ਹੈ, ਮਿਸ ਯੂਜ਼ ਆਫ ਦੀ ਵਰਡਸ ਹੈ। ਮੈਨੂੰ ਇਹ ਲੱਗਦਾ ਵੀ ਇਹਦੇ ਵਿੱਚ ਉਹਨੇ ਕੋਈ ਗੱਲ ਗਲਤ ਨਹੀਂ ਕਹੀ। ਉਹ ਕਹਿੰਦਾ ਬਾਰਡਰ ਸਟਰੋਂਗ ਕਰੋ ਕਿਉਂਕਿ ਚਿੱਟਾ ਆ ਰਿਹਾ, ਕਿਉਂਕਿ ਚਿੱਟਾ ਆ ਰਿਹਾ ਇਸ ਕਰਕੇ ਤੁਸੀਂ ਇਹਨੂੰ ਬਾਰਡਰ ਨੂੰ ਸਟਰੋਂਗ ਕਰੋ। ਇਹ ਗੱਲਾਂ ਤਾਂ ਗੱਲਾਂ ਮੰਨਣ ਵਾਲੀਆਂ ਨੇ, ਇਹਦੇ 'ਚ ਤਾਂ ਕੋਈ ਰੌਲਾ ਨਹੀਂ। ਰੌਲਾ ਜਿਹੜਾ ਆ ਉਹ ਇਹ ਹੈ ਵੀ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਇਹਨਾਂ ਕੀਤਾ, ਉਹਦੇ ਵਿੱਚ ਰੂਲਿੰਗ ਪਾਰਟੀ ਦਾ ਮੋਡਸ ਓਪਰੈਂਡੀ ਠੀਕ ਨਹੀਂ ਸੀ। ਆਈਟਮਾਂ ਜਿਹੜੀਆਂ ਆਈਟਮਾਂ ਪਾਸ ਹੋਈਆਂ ਨੇ ਉਹਨਾਂ 'ਤੇ ਕੋਈ ਡਿਸਐਗਰੀਮੈਂਟ ਨਹੀਂ, ਫਿਰ ਤੁਸੀਂ ਓਫੈਂਸਿਵ ਹੋਏ ਵੀ ਹੋ। ਓਫੈਂਸਿਵ ਵੀ ਟੂ ਦਾ ਲੈਵਲ ਕਿ ਤੁਸੀਂ ਯੂ ਆਰ ਹਿਟਿੰਗ ਹਿਮ ਬਿਲੋ ਦਾ ਬੈਲਟ। ਤੁਸੀਂ ਜਿਸ ਤਰੀਕੇ ਨਾਲ ਓਫੈਂਡ ਕਰ ਰਹੇ ਹੋ, ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਦੇਖਣ। ਇੱਕ ਚੀਜ਼ ਹੋਰ ਹੈ ਇਹਦੇ ਵਿੱਚ, ਮੈਂ ਇੱਕ ਐਡ ਕਰ ਰਿਹਾ ਇੱਕ ਪੁਆਇੰਟ, ਕਿ ਮੈਨੂੰ ਲੱਗਦਾ ਚੰਨੀ ਹੈਜ਼ ਐਡਵਾਈਜ਼ਰਸ। ਉਹ ਤਾਂ ਪਬਲਿਕਲੀ ਐਡਵਾਈਜ਼ ਕਰੀ ਜਾਂਦੇ, ਨਿੱਕੇ ਨਿੱਕੇ ਮੁੰਡੇ ਕਰੀ ਜਾਂਦੇ ਆ, ਜੀਰੇ ਵਰਗੇ ਐਡਵਾਈਜ਼ ਕਰੀ ਜਾਂਦੇ, ਦੱਸੋ ਕੀ ਕਰੋਗੇ ਤੁਸੀਂ? ਹੈ ਤੇ ਦੂਸਰੇ ਪਾਸੇ ਸਾਡਾ ਸਿੱਧੂ ਬਾਈ ਹੈ। ਸਿੱਧੂ ਸਾਹਿਬ, ਮੈਂ ਜਦ ਡਾਕਟਰ ਕੇਲ ਸਿੰਘ ਦੇ ਛੋਟੇ ਜਿਹਾ ਟਾਈਮ ਬਹੁਤ ਘੱਟ ਹੈ, ਡਾਕਟਰ ਕੇਲ ਸਿੰਘ ਜੀ 30-40 ਸਕਿੰਟ ਦੇ ਵਿੱਚ ਤੁਸੀਂ ਇੱਕ ਗੱਲ ਕਹੀ ਕਿ ਚੰਨੀ ਸਾਹਿਬ ਨੂੰ ਕੇਂਦਰ ਦੀ ਵੀ ਉੱਤੋਂ ਇਸ਼ਾਰਾ ਹੈ ਜਾਂ ਸਹਾਰਾ ਹੈ ਜਾਂ ਹੈਲਪ ਹੈ, ਜੋ ਮਰਜ਼ੀ ਕਹਿ ਲਓ। ਲੇਕਿਨ ਕੱਲ ਦੇ ਆਪਣੇ ਭਾਸ਼ਣ ਚ ਜਿਵੇਂ ਉਹਨਾਂ ਨੇ ਅਕਾਲੀਆਂ ਤੇ ਰਗੜੇ ਲਾਏ, RSS ਨੂੰ ਤੁਸੀਂ ਲੈ ਕੇ ਆਏ, RSS ਤੁਸੀਂ ਇੱਥੇ ਲਿਆਂਦੀ, ਇਹ ਸਾਰੀਆਂ ਗੱਲਾਂ ਤੋਂ ਤੁਹਾਨੂੰ ਲੱਗਦਾ ਕਿ ਕੇਂਦਰ ਵੱਲੋਂ ਕੋਈ ਐਸਾ ਇਸ਼ਾਰਾ ਹੋਵੇ? ਮੈਂ ਕੇਂਦਰ ਤੇ ਜਦੋਂ ਗੱਲ ਕੀਤੀ ਨਾ ਵਾਲੀਆ ਸਾਹਿਬ, ਕੇਂਦਰ ਹਾਈ ਕਮਾਂਡ ਦੀ ਹੈ, ਕੇਂਦਰ ਸਰਕਾਰ ਦੀ ਨਹੀਂ ਹੈ, ਹਾਈ ਕਮਾਂਡ। ਯਾਨੀ ਕਿ ਜਿਹੜੇ ਉਹਨਾਂ ਦੇ ਕਾਕਾ ਜੀ ਹੈ ਤੇ ਭੈਣ ਜੀ ਹੈ, ਉਹਨਾਂ ਦੀ ਮੈਂ ਗੱਲ ਕੀਤੀ ਹੈ, ਉਹ ਉਹਨਾਂ ਦੀ ਨਹੀਂ ਹੈ। ਮੈਂ ਸੋਚਿਆ ਅੱਜ ਕੱਲ ਕੇਂਦਰ ਤਾਂ ਅਮਿਤ ਸ਼ਾਹ ਹੀ ਹੈ ਨਾ, ਕਿਤੇ ਉਧਰ ਚਲੇ ਗਏ। ਉਹਨਾਂ ਦੀ ਹਾਈ ਕਮਾਂਡ ਦੀ ਗੱਲ ਹੈ ਜੀ, ਉਹ ਠੀਕ ਹੈ। ਬਾਕੀ ਜਿਹੜਾ ਨੇ ਗੱਲ ਕਹੀ ਹੈ ਉਹ ਬਿਲਕੁਲ ਠੀਕ ਹੈ, ਉਹਨਾਂ ਦੀ ਓਬਜ਼ਰਵੇਸ਼ਨ ਕਿ ਲੀਡਰ ਆਫ ਦਾ ਹਾਊਸ ਚੀਫ ਮਿਨਿਸਟਰ ਹੀ ਹੁੰਦਾ ਹੈ, ਔਰ ਸਿੱਧੂ ਸਾਹਿਬ ਕਿਉਂਕਿ ਉਹ ਆਰਗਨਾਈਜੇਸ਼ਨ ਦੇ ਪ੍ਰਧਾਨ ਹੈ ਔਰ ਉਹਨਾਂ ਦਾ ਰੋਲ ਇਹ ਬਿਲਕੁਲ ਠੀਕ ਹੈ, ਮੈਂ ਇਹਨਾਂ ਨਾਲ ਸਹਿਮਤ ਹੈ। ਪਰ ਲਾਭ ਆ ਕੇ ਓਵਰਆਲ ਜੇ ਆਪਾਂ ਗੱਲ ਕਰੀਏ ਕਿ ਇਹ ਜੇ ਤੁਸੀਂ ਕਹੋ ਕਿ ਇਹਦੇ ਵਿੱਚੋਂ ਕਿਹੜਾ ਮਜ਼ਬੂਤ ਹੋ ਕੇ ਨਿਕਲਿਆ, ਤੇ ਮੇਰੀ ਅੰਡਰਸਟੈਂਡਿੰਗ ਇਹੀ ਹੈ ਕਿ ਚੰਨੀ ਸਾਹਿਬ ਇਹਦੇ ਵਿੱਚੋਂ ਮਜ਼ਬੂਤ ਹੋ ਕੇ ਨਿਕਲੇ ਆ। ਇਹ ਕੋਈ ਕੰਪੈਰੀਟਿਵ ਨਹੀਂ ਹੈ ਕਿ ਸਿੱਧੂ ਸਾਹਿਬ ਹੈ ਜੋ ਹੈ, ਇਹ ਬਿਲਕੁਲ। ਡਾਕਟਰ ਕੇਲ ਸਿੰਘ ਜੀ ਤੁਸੀਂ ਠੀਕ ਕਹਿ ਰਹੇ ਹੋ, ਕੱਲ ਦਾ ਦਿਨ ਚਰਨਜੀਤ ਚੰਨੀ ਮੁੱਖ ਮੰਤਰੀ ਪੰਜਾਬ ਦਾ ਮੰਨਿਆ ਜਾ ਸਕਦਾ, ਜਿਸ ਤਰੀਕੇ ਨਾਲ ਆਪਣੇ ਭਾਸ਼ਣ ਦੇ ਵਿੱਚ ਉਹਨਾਂ ਨੇ ਆਪਣੀਆਂ ਅਚੀਵਮੈਂਟਸ ਗਿਣਾਈਆਂ, ਜਿਸ ਤਰੀਕੇ ਨਾਲ ਉਹਨਾਂ ਨੇ ਰੇਤੇ ਦੇ ਮਾਮਲੇ 'ਚ ਇਹ ਕਿਹਾ ਕਿ ਸਾਡੀ ਆਪਣੀ ਸਰਕਾਰ, ਮਤਲਬ ਕੈਪਟਨ ਦੀ ਸਰਕਾਰ ਨਾਲੋਂ ਵੀ 4 ਗੁਣਾ, ਅਕਾਲੀਆਂ ਨਾਲੋਂ 6 ਗੁਣਾ ਸਸਤਾ ਅਸੀਂ ਕਰਤਾ। ਕੱਲੀ ਕੱਲੀ ਗੱਲ ਜਿਹੜੀ ਉਹਨਾਂ ਨੇ ਗਿਣਾ ਕੇ ਆਪਣੇ ਆਪ ਨੂੰ ਜਿਵੇਂ ਪ੍ਰੋਜੈਕਟ ਕੀਤਾ ਹੈ, ਕਾਂਗਰਸ ਨੂੰ ਜਿਵੇਂ ਪ੍ਰੋਜੈਕਟ ਕੀਤਾ ਹੈ, ਮੈਂ ਜਿਵੇਂ ਸ਼ੁਰੂ 'ਚ ਕਿਹਾ ਸੀ ਚੜ੍ਹਦੀ ਕਲਾ 'ਚ ਉਹਨਾਂ ਦਾ ਆਉਣਾ ਸੁਭਾਵਿਕ ਹੈ। ਲੇਕਿਨ ਇਹ ਜਿਹੜਾ ਜਿਵੇਂ ਕਰਮਜੀਤ ਸਿੰਘ ਸਿੱਧੂ ਹੋਰਾਂ ਨੇ ਕਿਹਾ, ਹੋਇਆ ਚਾਹੇ ਉੱਥੇ ਜੋ ਮਰਜ਼ੀ ਹੈ, ਲੇਕਿਨ ਪ੍ਰੋਟੋਕੋਲ ਦਾ ਕਿਸੇ ਨੇ ਖਿਆਲ ਨਹੀਂ ਰੱਖਿਆ, ਬਸ ਇਸ ਤਰ੍ਹਾਂ ਹੀ ਚੱਲ ਰਿਹਾ। ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ, ਈਵਨ ਇਹ ਵੀ ਨਹੀਂ ਹੋਣਾ ਚਾਹੀਦਾ ਕਿ ਕੰਨ 'ਚ ਬਾਰ ਬਾਰ ਐਡਵਾਈਜ਼ਰ ਜਾ ਕੇ ਮੁੱਖ ਮੰਤਰੀ ਦੇ ਕੰਨ 'ਚ ਜਿਵੇਂ ਕੁਲਦੀਪ ਸਿੰਘ ਬੈਜ ਕਹਿ ਰਿਹਾ ਜਾਂ ਕਦੇ ਕੁਲਜੀਤ ਚੀਰਾ ਕਹਿ ਰਿਹਾ, ਇਸ ਤਰ੍ਹਾਂ ਦੀਆਂ ਗੱਲਾਂ ਆਉਣ ਲੱਗਦੀਆਂ ਨੇ। ਪਰ ਬਹੁਤ ਕੁਛ ਚੱਲਦਾ ਹੈ ਤੇ ਕੱਲ ਚੱਲਿਆ ਵੀ, ਡਾਕਟਰ ਕੇਲ ਸਿੰਘ ਜੀ ਔਰ ਕਰਮਜੀਤ ਸਿੰਘ ਸਿੱਧੂ ਸਾਹਿਬ ਤੁਸੀਂ ਆਏ ਔਰ ਆਪਣੀ ਗੱਲ ਸਾਡੇ ਦਰਸ਼ਕਾਂ ਸਾਹਮਣੇ ਰੱਖੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਪਿਆਰੇ ਦਰਸ਼ਕੋ, ਤੁਹਾਡਾ ਧੰਨਵਾਦ ਇਸ ਕਰਕੇ ਹੁੰਦਾ ਹੈ ਕਿ ਤੁਸੀਂ ਸਾਡੀ ਇਸ ਚਰਚਾ ਨੂੰ ਸੱਥਾਂ ਦੀ ਚਰਚਾ ਬਣਾਉਂਦੇ ਹੋ, ਤੇ ਫਿਰ ਤੁਸੀਂ ਇੱਕ ਗੱਲ ਦੂਜੀ ਵੀ ਜਿਹੜੀ ਮੈਂ ਲਗਾਤਾਰ ਤੁਹਾਨੂੰ ਯਾਦ ਕਰਾਉਣਾ ਹੈ ਕਿ ਤੁਸੀਂ ਇਸ ਵਾਰ 22 ਤੱਕ ਇੰਨੇ ਆਪਣੇ ਆਪ ਨੂੰ ਅਵੇਅਰ ਕਰ ਲੈਣਾ ਕਿ ਸਹੀ ਬੰਦੇ ਚੁਣਨ ਤੋਂ ਪਹਿਲਾਂ ਇਕੱਲੇ ਇਕੱਲੇ ਦਾ ਤੁਸੀਂ ਅਨੈਲਿਸਿਸ ਕਰਨ ਯੋਗ ਹੋਵੋਗੇ। ਇਹ ਮੈਨੂੰ ਪੂਰਨ ਆਸ ਹੈ ਤੇ ਮੇਰੀ ਅਰਦਾਸ ਵੀ ਹੈ। ਕੱਲ ਸਵੇਰੇ 8:40 ਖਬਰ ਤੇ ਨਜ਼ਰ, ਰਜਿੰਦਰ ਵਾਲੀਆ ਸ਼ੋਅ, ਤੇ ਕੱਲ ਸ਼ਾਮ ਨੂੰ ਚਰਚਾ 'ਚ ਫਿਰ ਮਿਲਦੇ ਹਾਂ। ਬਹੁਤ ਬਹੁਤ ਸ਼ੁਕਰੀਆ। ਚਰਚਾ।